ਸ਼ਿਕਾਰੀ ਹਾਂ ਤੂੰ ਆਈ ਹੈ ਪਹਿਲੀ ਵਾਰੀ। ਮਹਿਸੂਸ ਹੁੰਦਾ ਜੀ ਕਦੇ ਕਦੇ ਕਮੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਵੀ ਮਤਲਬ ਕਿ ਵੀ ਅੱਜ ਜੇ ਹੁੰਦੇ ਤਾਂ ਕੁਛ ਹੋਰ ਹੋਣਾ ਸੀ। ਹਾਂਜੀ ਬਸ ਕਮੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ। ਹਾਂਜੀ ਜਦੋਂ ਬੰਦ ਕਮਰੇ ਦੇ ਵਿੱਚ ਬੈਠੀ ਦਾ ਅਤੇ ਅਖਤਰ ਸਾਹਿਬ ਦੀ ਫੋਟੋ ਨੂੰ ਵੇਖ ਕੇ ਜਾਂ ਦਿਲਸ਼ਾਦ ਅਖਤਰ ਸਾਹਿਬ ਨੂੰ ਯਾਦ ਕਰਕੇ, ਸੋ ਉਸ ਤਰ੍ਹਾਂ ਦੇ ਉਹ ਜ਼ਿਆਦਾ ਮਿਹਨਤ ਕਰੀ ਦੀ ਆ ਉਹਨਾਂ ਵੱਲ ਦੇਖ ਕੇ। ਗਿਆਰਾਂ ਤੋਂ ਅੱਜ ਤੱਕ ਸੰਦੀਪ ਅਖਤਰ ਸਾਹਿਬ ਦੀ ਫੈਮਿਲੀ ਦੀ ਪੁੱਛ ਗਿੱਛ ਕਿੰਨਿਆਂ ਕਿ ਨੇ ਲਈ ਆ, ਕਿੰਨਿਆਂ ਕਿ ਨੇ ਕਿਹਾ ਕਿ ਅੱਜ ਤੁਹਾਡਾ ਅਸੀਂ ਪੱਲਾ ਫੜਦੇ ਹਾਂ? ਕਿਸੇ ਨੇ ਵੀ ਨਹੀਂ ਅਸਲ 'ਚ, ਤਾਂ ਕਿਉਂਕਿ ਅਖਤਰ ਸਾਹਿਬ ਦੇ ਭੋਗ 'ਤੇ ਤਾਂ ਬਹੁਤ ਲੋਕਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਉਦੋਂ ਬਾਅਦ ਕੋਈ ਆ ਕੇ ਨਹੀਂ ਖੜਾ ਉਸ ਦਿਨ ਤੋਂ ਬਾਅਦ। ਤੂੰ ਨਜ਼ਰਾਂ ਨਾਲ ਅੰਬਰੀ ਤੋੜਦੇ ਪੰਛੀ ਲਾਉਂਦੀ ਨਹੀਂ, ਉੱਡਦੇ ਪੰਛੀ ਲਾਉਂਦੀ ਇਹੋ ਜਿਹੀ ਮਤ ਹੋਸ਼ ਜਵਾਨੀ ਕਿਸੇ ਕਿਸੇ 'ਤੇ ਆਉਂਦੀ, ਕਿਸੇ ਕਿਸੇ 'ਤੇ ਆਉਂਦੀ ਨੀ ਨਿੱਤ ਪਵਾੜੇ ਪਾਉਂਦੀ। ਪਰ ਖਿਆਲ ਤਾਂ ਉਹਨਾਂ ਦੇ ਹੀ ਸੀ ਕਿ ਮੈਂ ਸਟਾਰ ਬਣਾਊਂਗਾ ਆਪਣੇ ਪੁੱਤ ਨੂੰ, ਸੁਪਨੇ ਸੀ ਕੁਛ ਕਿ ਮੈਂ ਇੱਦਾਂ ਕਰਨਾ ਇੱਦਾਂ ਕਰਨਾ ਬੱਚੇ ਲਈ। ਉਦੋਂ ਨਵੀਂ ਨਵੀਂ ਉਹਨਾਂ ਨੇ ਐਲਬਮ ਤੋਂ ਬਾਅਦ ਗੱਡੀ ਲਈ, ਫਿਰ ਘੁੰਮਾ ਕੇ ਲਿਆਈ ਸਾਨੂੰ ਸਾਰੀ ਫੈਮਿਲੀ ਨੂੰ, ਸੋ ਉੱਦਾਂ ਦੇ ਕੁਛ ਕੁ ਸੀਨ ਯਾਦ ਆ। ਦੁੱਖ ਤਾਂ ਹੁੰਦਾ ਜੀ, ਬੰਦਾ ਜੇ ਕਿਸੇ ਨੂੰ ਸਹਾਰਾ ਨਹੀਂ ਦੇ ਸਕਦਾ ਤਾਂ ਉਹਦਾ ਮਜ਼ਾਕ ਵੀ ਨਹੀਂ ਉਡਾਉਣਾ ਚਾਹੀਦਾ, ਫਿਰ ਝੂਠਾ ਦਾਅਵਾ ਵੀ ਨਹੀਂ ਕਰਨਾ ਚਾਹੀਦਾ। ਸਹੀ ਹੈ ਨਾ ਜੀ? ਫਿਰ ਉਹ ਦਾਅਵੇ ਉਹਨਾਂ ਦੇ ਝੂਠੇ ਆ ਸਾਰੇ, ਜਾਂ ਤਾਂ ਫਿਰ ਉਹ ਕਰਦੇ ਜੇ ਉਹਨਾਂ ਨੇ ਕਿਹਾ ਸੀ ਤਾਂ। ਪਰ ਨਹੀਂ ਕਿਸੇ ਨੇ ਸਮਝੀ ਇਸ ਗੱਲ ਨੂੰ, ਫਿਰ ਅਸੀਂ ਤਾਂ ਕੋਈ ਰੋਸ ਹੀ ਨਹੀਂ ਕੀਤਾ ਕਿਸੇ 'ਤੇ, ਅਸੀਂ ਆਪਣੀ ਕਿਸਮਤ ਮੰਨ ਲਈ ਔਰ ਆਪਣੀ ਜੋ ਜ਼ਿੰਦਗੀ ਦੀ ਸਟਰੈਗਲ ਆ ਉਹਨੂੰ ਜਾਰੀ ਰੱਖਿਆ। ਸਾਹਿਬ ਤੋਂ ਬਾਅਦ ਥੋੜ੍ਹੀ ਫਾਈਨੈਂਸ਼ੀਅਲੀ ਪ੍ਰੋਬਲਮ ਜ਼ਿਆਦਾ ਹੋ ਗਈ, ਕਿਉਂਕਿ ਉਹਨਾਂ ਦੇ ਘੱਟੋ ਘੱਟ 45-46 ਲੱਖ ਰੁਪਇਆ ਲੱਗਿਆ। ਤਿੰਨ ਓਪਰੇਟ ਹੋਏ ਉਹਨਾਂ ਦੇ, ਉਹਨਾਂ ਦੇ 15 ਦਿਨ ਬਾਅਦ 25 ਲੱਖ ਦਾ ਟੀਕਾ ਲੱਗਦਾ ਸੀ ਜੀ। ਹਾਂਜੀ, ਸੋ ਬੜਾ ਕੁਛ ਸੀ ਮਾਲਕ ਦਾ ਦਿੱਤਾ, ਪਰ ਚਲੋ ਆਪਾਂ ਨਹੀਂ ਅਫਸੋਸ ਕਰਦੇ ਕਿਉਂਕਿ ਉਹਨਾਂ ਨੇ ਕਮਾਇਆ ਸੀ, ਠੀਕ ਹੈ ਜੀ। ਅਤੇ ਪਰ ਉਹਨਾਂ ਦੀ ਜਾਨ ਬਚਣੀ ਜ਼ਰੂਰੀ ਸੀ ਸਾਡੇ ਲਈ, ਬਿਲਕੁਲ। ਜੇ ਉਹ ਵੀ ਬਚ ਜਾਂਦੇ ਸਾਨੂੰ ਪੈਸੇ ਦਾ ਦੁੱਖ ਨਹੀਂ ਸੀ, ਪਰ ਇੱਕ ਵਾਰੀ ਤਾਂ ਜਮ੍ਹਾਂ ਸੈੱਟਤਾ ਰੱਬ ਨੇ। ਮੈਂ ਜੀ 5th class 'ਚ ਸੀ, 4th 'ਚ ਸੀ ਜਦੋਂ ਅਖਤਰ ਸਾਹਿਬ ਦੀ ਡੈਥ ਹੋਈ ਹੈ, ਅਕਤੂਬਰ 2011। ਅਤੇ 5th ਦੇ ਵਿੱਚ ਮੈਂ ਪਹਿਲੀ ਵਾਰੀ ਸਟੇਜ 'ਤੇ ਮਿਰਜ਼ਾ ਗਿਆ ਸੀਗਾ ਦੋਸਤਾਂ ਦੀ ਫਰਮਾਇਸ਼ 'ਤੇ, ਸਕੂਲ ਫੰਕਸ਼ਨ ਦੇ ਵਿੱਚ ਮੈਂ 5th class 'ਚ ਸੀ, ਉਦੋਂ ਮਿਰਜ਼ਾ ਗਾਇਆ। ਫਿਰ ਮੈਨੂੰ ਸਾਡੇ ਪ੍ਰਿੰਸੀਪਲ ਸਰ ਨੇ 500 ਰੁਪਇਆ ਇਨਾਮ ਦਿੱਤਾ ਅਤੇ ਬੜੀ ਹੱਲਾਸ਼ੇਰੀ ਦਿੱਤੀ। ਉਦੋਂ ਬਾਅਦ ਮੇਰਾ
ਇਸ ਪਾਸੇ ਧਿਆਨ ਹੋ ਗਿਆ ਵੀ ਮੈਂ ਬਹੁਤ ਵਧੀਆ ਖਾਨਦਾਨ ਦੇ ਵਿੱਚੋਂ ਹਾਂ, ਮੈਨੂੰ ਸਿੱਖਣਾ ਚਾਹੀਦਾ। ਪਹਿਲੀ ਜਿਹੜੀ ਉੱਡ ਜਾ ਮੋਰਨੀ ਟੇਪ ਸੀ ਉਹਦੇ ਵਿੱਚ ਬਾਈ ਯੁੱਧਵੀਰ ਨਾਲ ਸੀ, ਉਹ ਕੀ ਕਨਸੈਪਟ ਸੀ? ਇਹ ਤਾਂ ਹੁਣ ਬੇਦਲ ਵੀਰ ਜੀ ਨੂੰ ਹੀ ਪਤਾ ਕਿ ਉਹਨਾਂ ਦਾ ਕੀ ਕੋਈ ਐਕਸਪੀਰੀਅੰਸ ਕੀਤਾ ਸੀ ਉਹਨਾਂ ਨੇ। ਪਰ ਕਿਸੇ ਕੰਪਨੀ ਨੇ ਸਾਨੂੰ ਕੋਈ ਹੈਲਪ ਨਹੀਂ ਕੀਤੀ ਜੀ, ਠੀਕ ਹੈ ਜੀ। ਸੋ ਕਿਸੇ ਪ੍ਰੋਡਿਊਸਰ ਨੇ ਨਹੀਂ ਸਾਡੀ ਕੋਈ ਹੈਲਪ ਕੀਤੀ, ਜੋ ਉਹਨਾਂ ਦੀ ਖੱਟੀ ਖਾਂਦੇ ਸੀ ਮੇਰੇ ਹਿਸਾਬ ਨਾਲ ਤਾਂ, ਠੀਕ ਹੈ ਜੀ। ਅਤੇ ਪਰ ਰੋਸ ਉਹਨਾਂ ਦਾ ਕਿਹੀ ਹੈ ਜੀ, ਥੋੜ੍ਹਾ ਜਿਹਾ ਵੀ ਬੰਦੇ ਨੂੰ ਸਾਰ ਲੈਣੀ ਚਾਹੀਦੀ ਹੈ ਬੰਦੇ ਦੀ, ਕਿਉਂਕਿ ਜਦੋਂ ਆਪਾਂ ਕਿਸੇ ਦਾ ਖਾਧਾ ਹੋਵੇ ਫਿਰ ਥੋੜ੍ਹਾ ਜਿਹਾ ਫਰਜ਼ ਨਿਭਾਉਣਾ ਚਾਹੀਦਾ। ਤਾਂ ਸਾਨੂੰ ਕਿਸੇ ਦੀ ਕੋਈ ਸਪੋਰਟ ਨਹੀਂ, ਜਿਵੇਂ ਫਰੈਂਡ ਸਰਕਲ ਕਹਿ ਲਓ ਜਾਂ ਰਿਲੇਸ਼ਨ ਕਹਿ ਲਓ, ਕਿਸੇ ਨਾਲ ਕਿਸੇ ਨੇ ਕੋਈ ਸਪੋਰਟ ਨਹੀਂ ਸਾਨੂੰ ਕੀਤੀ। ਪਿੰਡ ਪਿੰਡ ਰੁੱਖਾਂ ਦੀ ਵੇਲੀ ਜ਼ਾਰਾ, ਦੱਸਿਆ ਨੀ ਨਾ ਕਹੀ ਦੁਬਾਰਾ, ਸਾਰੇ ਗਾਉਂਦੇ ਤਾਰਾ ਰਾਰਾ, ਕੀ ਜੱਟਦੇ ਕੀ ਲਾਲੇ, ਨੀ ਉੱਡਦਾ ਮੋਰਨੀ ਏ, ਨੀ ਉੱਡਦਾ ਮੋਰਨੀ ਏ, ਨੀ ਤੇਰੇ ਮਗਰੇ ਬੰਦੂਕਾਂ ਵਾਲੇ, ਉੱਡ ਜਾ ਮੋਰਨੀ ਏ, ਨੀ ਤੇਰੇ ਮਗਰੇ ਬੰਦੂਕਾਂ ਵਾਲੇ, ਨੀ ਉੱਡਦਾ ਮੋਰਨੀ ਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ, ਮੈਂ ਤੁਹਾਡਾ ਦੋਸਤ ਜਸ ਗਰੇਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਦੋਸਤੋ, ਕਲਾਕਾਰੀ ਦਾ ਅਸਮਾਨ ਜਿਹੜਾ ਖੁੱਲ੍ਹਾ ਆ, ਇਹਦੇ ਵਿੱਚ ਹਰ ਰੋਜ਼ ਜਿਹੜੇ ਆ ਬੜੇ ਕਲਾਕਾਰ ਉਡਾਰੀ ਮਾਰਦੇ ਨੇ, ਪਰ ਉਹਨਾਂ ਦੀ ਉਡਾਰੀ ਕਿੰਨੀ ਕੁ ਲੰਬੀ ਹੁੰਦੀ ਆ ਇਹ ਤੈਅ ਉਹਨਾਂ ਦਾ ਟੈਲੈਂਟ ਕਰਦਾ ਆ, ਉਹਨਾਂ ਦੀ ਕਲਾਕਾਰੀ ਦੇ ਵਿੱਚ ਕਿੰਨਾ ਕੁ ਦਮ ਆ ਇਹ ਤੈਅ ਕਰਦਾ ਆ। ਅੱਜ ਅਸੀਂ ਇੱਕ ਅਜਿਹੇ ਖਾਨਦਾਨ ਦੇ ਵਿੱਚ ਬੈਠੇ ਹਾਂ ਜਿਸ ਘਰ ਦੇ ਪਰਿੰਦਿਆਂ ਨੇ ਜਿਹੜੀ ਅਸਮਾਨ ਦੇ ਵਿੱਚ, ਕਲਾਕਾਰ ਦੇ ਅਸਮਾਨ ਦੇ ਵਿੱਚ ਉਡਾਰੀ ਲਾਈ, ਉਹ ਉਡਾਰੀ ਬੜੀ ਲੰਮੀ, ਕਿਉਂਕਿ ਉਹਨਾਂ ਦੇ ਗੀਤ ਜਿਹੜੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਰੋਤਿਆਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਆ, ਜਿਉਂਦੇ ਤਿਉਂ ਨੇ। ਮੈਂ ਗੱਲ ਕਰ ਰਿਹਾ ਅਖਤਰ ਪਰਿਵਾਰ ਦੀ, ਬਾਈ ਸੰਦੀਪ ਅਖਤਰ, ਦਿਲਸ਼ਾਦ ਅਖਤਰ ਅਤੇ ਮਨਪ੍ਰੀਤ ਅਖਤਰ ਜੀ। ਅਖਤਰ ਪਰਿਵਾਰ ਨੇ ਜਿਹੜੇ ਆ ਸੰਗੀਤ ਜਗਤ ਨੂੰ ਤਿੰਨ ਅਜਿਹੇ ਪਰਿੰਦੇ ਦਿੱਤੇ ਜਿਹੜੇ ਅੱਜ ਖੁਦ ਭਾਵੇਂ ਇਸ ਦੁਨੀਆਂ ਦੇ ਵਿੱਚ ਨਹੀਂ, ਪਰ ਉਹਨਾਂ ਦੇ ਗੀਤ ਜਿਉਂਦੇ ਤਿਉਂ ਨੇ। ਅੱਜ ਅਸੀਂ ਕੋਟਕਪੁਰਾ ਦੇ ਵਿੱਚ ਹਾਂ ਬਾਈ ਸੰਦੀਪ ਅਖਤਰ ਦੇ ਪਰਿਵਾਰ ਦੇ ਨਾਲ, ਗੱਲਬਾਤ ਬਾਈ ਦੀ ਜ਼ਿੰਦਗੀ 'ਤੇ ਕਰਾਂਗੇ, ਬਾਈ ਦੇ ਕਲਾਕਾਰੀ ਦੇ ਸਫ਼ਰ 'ਤੇ ਕਰਾਂਗੇ। ਮੇਰੇ ਨਾਲ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਵਾਈਫ ਨੇ, ਉਹਨਾਂ ਦੇ ਬੇਟਾ ਮੇਰੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਬਾਈ ਜੀ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਾਂ ਬਾਈ ਅਖਤਰ ਨੂੰ ਯਾਦ ਕਰਦੇ, ਬਾਈ ਸੰਦੀਪ ਅਖਤਰ ਨੂੰ ਯਾਦ ਕਰਦੇ, ਉਹਨਾਂ ਦੇ ਬੇਟੇ ਸ਼ੈਰੀ ਅਖਤਰ ਤੋਂ ਉਹਨਾਂ ਦਾ ਗੀਤ ਜਿਹੜਾ ਉਹ ਸੁਣਾਂਗੇ। ਬਾਈ ਸ਼ੈਰੀ ਅਖਤਰ ਵੀ ਗਾਉਂਦਾ ਆ, ਪਿਤਾ ਵਾਲੇ ਗੁਣ ਜਿਹੜੇ ਆ ਬਾਈ ਦੇ ਵਿੱਚ ਨੇ। ਬਾਈ ਦੀ ਜਦੋਂ ਆਵਾਜ਼ ਨੂੰ ਅਸੀਂ ਸੁਣਿਆ ਤਾਂ ਝਲਕ ਸੰਦੀਪ ਅਖਤਰ ਸਾਹਿਬ ਦੀ ਪੈਂਦੀ ਆ। ਸੋ ਬਾਈ ਜੀ, ਸ਼ੁਰੂਆਤ ਬਾਈ ਜੀ ਦੇ ਗੀਤ ਤੋਂ। ਹਾਂਜੀ। ਕਿਆ ਬਾਤ ਹੈ ਬਾਈ ਜੀ, ਗੱਲਬਾਤ ਦੀ ਸ਼ੁਰੂਆਤ ਤੁਹਾਡੇ ਤੋਂ ਕਰਾਂਗੇ। ਕਦੋਂ ਮੈਰਿਜ ਹੋਈ ਸੀ ਤੁਹਾਡੀ? ਸਾਡੀ 96 ਦੇ ਵਿੱਚ ਮੈਰਿਜ ਹੋਈ ਸੀ ਜੀ। ਉਸ ਤੋਂ ਗਾਉਂਦੇ ਸੀ ਬਾਈ ਜੀ ਉਸ ਤੋਂ ਪਹਿਲਾਂ? ਹਾਂਜੀ,
ਉਸ ਤੋਂ ਪਹਿਲਾਂ ਵੀ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕਰ ਲਿਆ ਸੀਗਾ। ਕਦੋਂ ਸਫ਼ਰ ਸ਼ੁਰੂ ਕੀਤਾ ਸੀ? ਇਹ ਤਾਂ ਚਾਈਲਡਹੁੱਡ ਤੋਂ ਹੀ ਗਾਉਂਦੇ ਸੀਗੇ। ਅੱਛਾ ਜੀ। ਹਾਂਜੀ, ਜਿਹੜੀ ਪਰ ਪਹਿਲੀ ਟੇਪ ਕਦੋਂ ਆਈ, ਯਾਦ ਆ ਕੁਛ ਪਹਿਲੀ ਟੇਪ? ਹਾਂਜੀ, ਪਹਿਲੀ ਟੇਪ ਇਹਨਾਂ ਦੀ ਸਾਡੀ ਮੈਰਿਜ ਤੋਂ ਬਾਅਦ ਆਈ ਸੀ, ਉੜ ਜਾ ਮੋਰਨੀ ਹੈ ਜੀ ਜੀ, ਬਚਨ ਬੇਦਲ ਵੀਰ ਜੀ ਨੇ ਕੀਤੀ ਸੀ। ਜੀ ਜੀ ਜੀ। ਹਾਂਜੀ, ਅੱਛਾ, ਪਹਿਲੀ ਟੇਪ ਆਈ ਸੀ ਉੜ ਜਾ ਮੋਰਨੀ ਹੈ। ਅੱਜ ਕੱਲ੍ਹ ਆਪਾਂ ਟਰੱਕਾਂ ਦੇ ਪਿੱਛੇ ਵੀ ਉਹ ਗੀਤ ਲਿਖਿਆ ਦੇਖਦੇ ਹਾਂ, ਟਰਾਲੀਆਂ ਦੇ ਪਿੱਛੇ ਵੀ ਗੀਤ ਲਿਖਿਆ ਦੇਖਦੇ ਹਾਂ। ਜਦੋਂ ਟੇਪ ਆਈ ਸੀ, ਉਸ ਟੇਪ ਨੇ ਰਾਤੋ ਰਾਤ ਬਾਈ ਜੀ ਨੂੰ ਸਟਾਰ ਬਣਾਤਾ ਸੀ, ਕਿੱਦਾਂ ਦਾ ਮਹਿਸੂਸ ਕਰਦੇ ਸੀ ਬਾਈ ਜੀ? ਬਹੁਤ ਅੱਛਾ ਲੱਗਦਾ ਸੀ, ਤੁਸੀਂ ਖੁਦ ਸੋਚ ਸਕਦੇ ਹੋ ਕਿ ਇੱਕ ਬੰਦਾ ਜਦ ਮਿਡਲ ਕਲਾਸ ਦੇ ਵਿੱਚ ਉੱਠ ਕੇ ਇੰਨੀ ਹਾਈ ਸੁਸਾਇਟੀ ਦੇ ਵਿੱਚ ਕਦਮ ਧਰਦਾ ਤਾਂ ਉਹਨੂੰ ਕਿੱਦਾਂ ਦਾ ਫੀਲ ਹੁੰਦਾ, ਤੁਸੀਂ ਖੁਦ ਸੋਚ ਸਕਦੇ ਜੀ। ਅੱਛਾ, ਕਿੱਦਾਂ ਦੇ ਹਾਲਾਤਾਂ 'ਚੋਂ ਤੁਸੀਂ ਹਾਲਾਤਾਂ ਦੀ ਗੱਲ ਕੀਤੀ ਆ, ਕਿੱਦਾਂ ਦੇ ਹਾਲਾਤ ਸੀ ਉਸ ਤੋਂ ਪਹਿਲਾਂ ਕਰਦੇ? ਉਸ ਤੋਂ ਪਹਿਲਾਂ ਵੀ ਨੋਰਮਲ ਸੀ, ਕੋਈ ਜ਼ਿਆਦਾ ਨਹੀਂ ਕਹਿ ਸਕਦੇ ਆਪਾਂ ਕਿ ਮਾੜੇ ਹਾਲਾਤ ਸੀ, ਨੋਰਮਲ ਸੀ ਹਾਲਾਤ ਜੀ ਜੀ। ਪਰ ਇੱਕਦਮ ਜਦ ਬੰਦਾ ਸਟਾਰ ਬਣਦਾ ਤਾਂ ਫਿਰ ਉਹ ਖੁਸ਼ੀ ਅਲੱਗ ਅਲੱਗ ਜੀ ਜੀ। ਅੱਛਾ, ਆਪਾਂ ਬਾਈ ਦੇ ਸੁਭਾਅ ਦੀ ਗੱਲ ਕਰੀਏ, ਕਿੱਦਾਂ ਦੇ ਸੀ? ਬਹੁਤ ਵਧੀਆ ਸੁਭਾਅ ਸੀ ਇਹਨਾਂ ਦਾ ਜੀ, ਮਿਲਣਸਾਰ ਸੀਗੇ, ਹਰ ਇੱਕ ਨੂੰ ਭੱਜ ਕੇ ਮਿਲਦੀ ਸੀ ਜੀ ਜੀ। ਅੱਛਾ, ਮਾਤਾ ਜੀ ਤੁਹਾਡੇ ਨਾਲ ਗੱਲ ਕਰਾਂਗੇ, ਰਿਸ਼ਤੇਦਾਰਾਂ ਦੇ ਵਿੱਚ ਮਿਲਣ ਕਿਹੋ ਜਿਹੇ ਸੀ ਬਾਈ? ਠੀਕ ਸੀ, ਵਧੀਆ ਸੁਭਾਅ, ਵਧੀਆ ਸੁਭਾਅ, ਹਾਂ ਸੁਮਖ ਸੀ। ਅੱਛਾ ਜੀ, ਜੋ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਤਾਂ ਬਾਈ ਬਾਰੇ, ਕਿਉਂਕਿ ਬਾਈ ਤਾਂ ਬੜਾ ਛੋਟਾ ਸੀ, 8 ਸਾਲ ਹੋ ਗਏ ਅੱਜ, 9 ਸਾਲ ਹੋ ਗਏ 2011 ਦੇ ਵਿੱਚ ਮੈਨੂੰ ਲੱਗਦਾ ਸੀ, ਹੈ ਨਾ ਜੀ, ਤਾਂ ਕੀ ਕਹਿੰਦੇ ਹੁੰਦੇ ਸੀ ਆਪਣੇ ਪੁੱਤਰ ਬਾਰੇ? ਦੇਖੋ ਜੀ, ਬੇਟਾ ਮੇਰਾ ਜਦ ਉਹਨਾਂ ਨੂੰ ਅਟੈਕ ਹੋਇਆ ਸੀ ਬ੍ਰੇਨ 'ਤੇ, ਇਹ ਤਾਂ ਬਿਲਕੁਲ ਛੋਟਾ ਸੀਗਾ ਜੀ, ਕੁਛ ਪਤਾ ਹੀ ਨਹੀਂ ਸੀ। ਜਦ ਐਕਸਪਾਇਰ ਹੋਏ ਉਸ ਵੇਲੇ ਵੀ ਇਹਨੂੰ ਕੁਛ ਪਤਾ ਨਹੀਂ ਸੀ, ਬਹੁਤ ਛੋਟਾ ਸੀ ਜੀ ਜੀ। ਪਰ ਖਿਆਲ ਤਾਂ ਉਹਨਾਂ ਦੇ ਹੀ ਸੀ ਕਿ ਮੈਂ ਸਟਾਰ ਬਣਾਊਂਗਾ ਆਪਣੇ ਪੁੱਤ ਨੂੰ, ਸਪਨੇ ਸੀ ਕੁਛ ਕਿ ਮੈਂ ਇੱਦਾਂ ਕਰਨਾ ਬੱਚੇ ਲਈ ਜੀ ਜੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਅੱਛਾ, ਤੁਸੀਂ ਅਟੈਕ ਦੀ ਗੱਲ ਕੀਤੀ ਆ, ਅਕਤੂਬਰ ਦਾ ਮਹੀਨਾ ਸੀ ਮੈਨੂੰ ਲੱਗਦਾ 2011, ਹੈ ਨਾ ਜੀ, ਅਤੇ ਕੀ ਹੋਇਆ ਸੀ ਉਸ ਦਿਨ? ਨਹੀਂ, ਐਕਸਪਾਇਰ ਹੋਏ ਸੀ 10 ਅਕਤੂਬਰ ਨੂੰ, ਪਰ ਬ੍ਰੇਨ 'ਤੇ ਅਟੈਕ ਉਹਨਾਂ ਨੂੰ 8 ਸਾਲ ਪਹਿਲਾਂ ਹੋਇਆ ਸੀਗਾ। ਅੱਛਾ ਜੀ। ਜਦਕਿ ਅਸੀਂ ਫਿਰ ਚੰਡੀਗੜ੍ਹ ਤੋਂ ਉਹਨਾਂ ਦਾ ਓਪਰੇਟ ਵੀ ਕਰਵਾਇਆ ਸੀਗਾ ਬ੍ਰੇਨ ਦਾ ਜੀ ਜੀ। 3 ਓਪਰੇਸ਼ਨ ਹੋਏ ਸੀ ਬ੍ਰੇਨ ਦੇ ਉਹਨਾਂ ਦੇ ਜੀ ਜੀ, 2 ਚੰਡੀਗੜ੍ਹ ਤੋਂ ਕਰਵਾਏ ਸੀ, 1 ਬੀਕਾਨੇਰ ਤੋਂ ਕਰਵਾਇਆ ਸੀ ਜੀ। ਅਕਤੂਬਰ ਦੇ ਵਿੱਚ ਫਿਰ ਦੁਬਾਰਾ? ਹਾਂਜੀ, 3rd ਓਪਰੇਸ਼ਨ ਸੀ ਉਹਨਾਂ ਦਾ ਜਦ ਐਕਸਪਾਇਰ ਹੋਇਆ ਜੀ ਜੀ। ਇਹ ਕਿੱਥੇ ਦੀ ਗੱਲ ਹੈ ਜੀ, ਜਦੋਂ ਐਕਸਪਾਇਰ ਹੋਈ ਸੀ ਇੱਥੇ ਤੁਹਾਡੇ ਘਰ ਸੀ ਜਾਂ ਕਿਤੇ? ਮੈਡੀਕਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਫਰੀਦਕੋਟ। ਫਰੀਦਕੋਟ, ਹਾਂਜੀ ਜੀ ਜੀ। ਅੱਛਾ ਬਾਈ ਜੀ, ਅੱਜ ਤੁਸੀਂ ਵੀ ਗਾਉਣੇ ਹੋ, ਜਦੋਂ ਫਾਦਰ ਸਾਹਿਬ ਦੇ ਗੀਤ ਸੁਣਦੇ ਹੋ, ਅਖਤਰ ਸਾਹਿਬ ਦਾ ਨਾਮ ਆ, ਦਿਲਸ਼ਾਦ ਅਖਤਰ ਸਾਹਿਬ ਦਾ ਨਾਮ ਆ, ਮਨਪ੍ਰੀਤ ਅਖਤਰ ਜੀ ਦਾ ਨਾਮ ਆ, ਬਾਈ ਜੀ ਕਿੱਦਾਂ ਦਾ ਲੱਗਦਾ ਜਦੋਂ ਐਡੇ ਸਟਾਰ ਦੇ ਸਪੁੱਤਰ ਹੋ ਇੱਕ, ਕਿਉਂਕਿ ਤੁਹਾਡੇ 'ਤੇ ਇੱਕ ਬੜਾ ਵੱਡੀ ਰਿਸਪੋਂਸੀਬਿਲਿਟੀ ਵੀ ਆ ਕਿ ਉਸ ਮੁਕਾਮ 'ਤੇ ਪਹੁੰਚਣਾ ਤਾਂ ਕੁਛ ਉਹਨਾਂ ਦੀ ਤਰ੍ਹਾਂ ਗਾਇਕੀ ਗਾਉਣੀ ਪੈਣੀ ਆ, ਉਹਨਾਂ ਦੇ ਤਰ੍ਹਾਂ ਦਾ ਕਰਨਾ ਪੈਣਾ, ਕਿੱਦਾਂ ਦਾ ਲੱਗਦਾ? ਬਹੁਤ ਅੱਛਾ ਲੱਗਦਾ ਜਦੋਂ ਅਖਤਰ ਸਾਹਿਬ ਦਾ ਪਿੰਡਾਂ ਦੇ ਵਿੱਚ ਜਾਈਦਾ, ਮੇਲਿਆਂ ਦੇ ਉਹਨਾਂ ਦੇ ਫਰੈਂਡਸ ਸਰਕਲ ਮਿਲਦਾ ਬਹੁਤ, ਫਿਰ ਉਹ ਪਿਆਰ ਕਰਦੇ ਆ, ਉਹਨਾਂ ਦੀ ਤਰ੍ਹਾਂ ਹੀ ਪਿਆਰ ਕਰਦੇ ਆ ਮੈਨੂੰ ਵੀ, ਅਤੇ ਬਹੁਤ ਵਧੀਆ ਲੱਗਦਾ ਅਤੇ ਖੁਸ਼ੀ ਹੁੰਦੀ ਆ ਵੀ ਅਸੀਂ ਇਸ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਹਾਂ, ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਅੱਛਾ ਬਾਈ ਜੀ, ਸਮਝ ਸੂਝ ਕਦੋਂ ਕੁ ਪਈ ਸੀ ਕਿ ਮੈਂ ਉਸ ਜਿਹੜੇ ਹੈ ਉਸ ਇਨਸਾਨ ਦਾ ਪੁੱਤਰ ਹਾਂ ਜਿਹਨੇ ਕਲਾਕਾਰੀ ਦੇ ਵਿੱਚ ਆਪਣੇ ਇੱਕ ਅਲੱਗ ਹੀ ਝੰਡੇ ਗੱਡੇ ਆ, ਕਦੋਂ ਕੁ ਸਮਝ ਪੈ ਗਈ ਸੀ ਇਸ ਗੱਲ ਦੀ? ਮੈਂ ਜੀ 5th ਕਲਾਸ 'ਚ ਸੀ, 4th 'ਚ ਸੀ ਜਦੋਂ ਅਖਤਰ ਸਾਹਿਬ ਦੀ ਡੈਥ ਹੋਈ ਹੈ ਅਕਤੂਬਰ 2011, ਅਤੇ 5th ਦੇ ਵਿੱਚ ਮੈਂ ਪਹਿਲੀ ਵਾਰੀ ਸਟੇਜ 'ਤੇ ਮਿਰਜ਼ਾ ਗਿਆ ਸੀਗਾ ਜੀ, ਦੋਸਤਾਂ ਦੀ ਫਰਮਾਇਸ਼ 'ਤੇ, ਸਕੂਲ ਫੰਕਸ਼ਨ ਦੇ ਵਿੱਚ ਮੈਂ 5th ਕਲਾਸ 'ਚ ਸੀ, ਉਦੋਂ ਮਿਰਜ਼ਾ ਗਾਇਆ, ਫਿਰ ਮੈਨੂੰ ਸਾਡੇ ਪ੍ਰਿੰਸੀਪਲ ਸਰ ਨੇ 500 ਰੁਪਇਆ ਇਨਾਮ ਦਿੱਤਾ ਅਤੇ ਬੜੀ ਹੱਲਾਸ਼ੇਰੀ ਦਿੱਤੀ। ਉਦੋਂ ਬਾਅਦ ਮੇਰਾ ਇਸ ਪਾਸੇ ਧਿਆਨ ਹੋ ਗਿਆ ਵੀ ਮੈਂ ਬਹੁਤ ਵਧੀਆ ਖਾਨਦਾਨ ਦੇ ਵਿੱਚੋਂ ਹਾਂ, ਮੈਨੂੰ ਸਿੱਖਣਾ ਚਾਹੀਦਾ,
ਤਾਲੀਮ ਵੀ ਲੈਣੀ ਚਾਹੀਦੀ ਹੈ ਸੰਗੀਤ ਦੀ। ਉਦੋਂ ਬਾਅਦ ਫਿਰ ਮੈਂ 5th ਕਲਾਸ ਤੋਂ ਉਸਤਾਦ ਦਰਸ਼ਨ ਜੀ ਦੀ ਉਹਨਾਂ ਤੋਂ ਤਾਲੀਮ ਵੀ ਲਈ ਸੰਗੀਤ ਦੀ। ਹਾਂਜੀ, ਫਾਦਰ ਸਾਹਿਬ ਦਾ ਕਿਹੜਾ ਗੀਤ ਬਾਈ ਜੀ ਬੜਾ ਪਸੰਦ ਆ ਤੁਹਾਨੂੰ? ਵੈਸੇ ਤਾਂ ਹਰ ਗੀਤ ਦੇ ਹੈ ਨਾ ਬੜੇ ਉਹਨਾਂ ਨੇ ਡਿਊਟੀ ਵੀ ਕੀਤੇ ਆ, ਹੈ ਨਾ, ਹਰ ਗੀਤ ਨੇ ਅਲੱਗ ਮੁਕਾਮ ਬਣਾਇਆ। ਕਿਹੜਾ ਗੀਤ ਜਿਹੜਾ ਦਿਲ ਦੇ ਬੜਾ ਨੇੜੇ ਆ? ਗੀਤ ਤਾਂ ਜੀ ਸਾਰੇ ਨੇੜੇ ਆ, ਪਰ ਕੁਛ ਕੁ ਪਰਿਵਾਰਕ ਗੀਤ ਹਾਂਜੀ ਬਹੁਤ ਵਧੀਆ ਲੱਗਦੇ ਆ। ਲਾਇਆ ਕਰੂ ਸੜਕ 'ਤੇ ਨਾਕਾ ਠਾਣੇਦਾਰ ਬਣਾਵਾਂਗੇ, ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ, ਉਹਨੂੰ ਪਿੰਡਾਂ 'ਚ ਲੋਕ ਬਹੁਤ ਪਿਆਰ ਦਿੰਦੇ ਆ ਗੀਤ ਨੂੰ। ਹਾਂਜੀ, ਅਤੇ ਉੱਡ ਜਾ ਮੋਰਨੀਏ ਵੈਸੇ ਜ਼ਿਆਦਾ। ਅਤੇ ਫਰਮਾਇਸ਼ ਕਿਹੜੇ ਗੀਤ ਦੀ ਆਉਂਦੀ ਆ ਬਾਈ ਜੀ? ਦੇ ਗੀਤ ਦੀ ਫਰਮਾਇਸ਼ ਜ਼ਰੂਰ ਆਉਂਦੀ ਹੋਣੀ ਜਦੋਂ ਸਟੇਜ 'ਤੇ ਉਹਨਾਂ ਦਾ ਸਪੁੱਤਰ ਜਿਹੜਾ ਚੜ੍ਹਦਾ ਆ। ਬਿਲਕੁਲ ਜੀ, ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ। ਹਾਂਜੀ, ਉਹਨੂੰ ਵੀ ਬਹੁਤ ਲਾਈਕ ਕਰਦੇ ਆ ਲੋਕ। ਅੱਛਾ ਬਾਈ ਜੀ, ਫਿਰ ਚੰਨ ਨਾਲੋਂ ਸੋਹਣੀ ਦੀ ਗੱਲ ਕੀਤੀ ਆ ਤੁਹਾਡੇ ਮਦਰ ਨੇ, ਮੈਂ ਚਾਹੂੰਗਾ ਫਿਰ ਆਪਾਂ ਚੰਦ ਬੋਲ ਜ਼ਰੂਰ ਸਾਂਝੇ ਕਰੀਏ ਉਸ ਗੀਤ ਦੇ। ਹੱਥੋਂ ਨਜ਼ਰਾਂ ਨਾਲ ਅੰਬਰੀ ਤੋੜਦੇ ਪੰਛੀ ਲਾਉਂਦੀ, ਨੀ ਉੱਡਦੇ ਪੰਛੀ ਲਾਉਂਦੀ, ਇਹੋ ਜੀ ਮਤ ਹੋਸ਼ ਜਵਾਨੀ ਕਿਸੇ ਕਿਸੇ ਤੇ ਆਉਂਦੀ, ਕਿਸੇ ਕਿਸੇ ਤੇ ਆਉਂਦੀ, ਨੀ ਨਿੱਤ ਪਵਾੜੇ ਪਾਉਂਦੀ। ਵੇਖੀ ਫਿਰ ਜੱਟੀ ਦਾ ਪਿਆਰ ਵੇ ਗੱਭਰੂਆ, ਸਾਡੀ ਵੀ ਗਲੀ 'ਚ ਗੇੜਾ, ਗਲੀ 'ਚ ਗੇੜਾ ਮਾਰ ਵੇ ਗੱਭਰੂਆ, ਚੰਨ ਨਾਲੋਂ ਸੋਹਣੀ। ਵਾਹ ਵਾਹ, ਕੀ ਬਾਤ ਹੈ ਬਾਈ ਜੀ! ਤੁਹਾਡਾ ਸਫ਼ਰ ਕਿੰਨਾ ਕੁ ਰਿਹਾ ਸੰਦੀਪ ਅਖਤਰ ਸਾਹਿਬ ਨਾਲ? ਸਫ਼ਰ ਦਾ ਜੀ, ਬਚਪਨ ਦੇ ਵਿੱਚ ਮੈਂ ਅਤੇ ਸਿਸਟਰ ਗਾਉਂਦੇ ਹੁੰਦੇ ਸੀ ਸਕੂਲ ਦੇ ਵਿੱਚ। ਸਿਸਟਰ ਵੱਡੇ ਆ ਮੇਰੇ ਤੋਂ 2 ਸਾਲ, ਸ਼ਹਿਰੀਨ ਅਖਤਰ। ਸੋ ਪਹਿਲਾਂ ਬਚਪਨ 'ਚ ਗਾਉਂਦੇ ਹੁੰਦੇ ਸੀ, ਉਦੋਂ ਅਖਤਰ ਸਾਹਿਬ ਉਹਨਾਂ ਨੂੰ ਬਹੁਤ ਹੱਲਾਸ਼ੇਰੀ ਦਿੰਦੇ ਹੁੰਦੇ ਸੀ। ਮੈਂ ਤਾਂ ਬਹੁਤ ਛੋਟਾ ਸੀ, ਉਹਨਾਂ ਤੋਂ 2 ਸਾਲ ਛੋਟਾ ਸੀ ਸਿਸਟਰ ਤੋਂ। ਅਤੇ ਉਸ ਤੋਂ ਬਾਅਦ ਸਿਸਟਰ ਨੇ ਪਹਿਲੀ ਵਾਰੀ ਗਿਆ ਸੀ ਕੁਝ ਹੋਸ਼ ਕਰੋ ਮੁੰਡੇ, ਉਹ ਮਹਿੰਗੇ ਮੁੱਲ ਲੱਗਦੇ ਨੇ ਵੀਜ਼ੇ, ਅਤੇ ਮੈਂ ਸਿਸਟਰ ਦੇ ਨਾਲ ਗਿਆ ਸੀਗਾ। ਉਹ ਅਖਤਰ ਸਾਹਿਬ ਦੀ ਦਿਲਸ਼ਾਦ ਅਖਤਰ ਸਾਹਿਬ ਤੋਂ ਬਾਅਦ ਐਲਬਮ ਆਈ ਸੀ ਦੁੱਖ ਦਿਲ ਦਾ। ਬਿਲਕੁਲ ਜੀ, ਹਾਂਜੀ, ਉਹ ਪਲੇਠੀ ਗੈਸਟ ਸੀ ਅਖਤਰ ਸਾਹਿਬ ਦੀ। ਅਤੇ ਉਸ ਕੈਸਟ ਦੇ ਵਿੱਚ ਗੀਤ ਸੀ, ਹੋਰ ਵੀ ਬੜੇ ਗੀਤ ਸੀ, ਸ਼ਹੀਦ ਜਰਨੈਲ ਸਿੰਘ, ਉਹ ਅਸੀਂ ਮਤਲਬ ਧਾਰਮਿਕ ਗੀਤ ਸੀ, ਸਕੂਲ ਦੇ ਵਿੱਚ ਅਕਸਰ ਗਾਉਂਦੇ ਹੁੰਦੇ ਸੀ। ਅਤੇ ਸਿਸਟਰ ਨੂੰ ਤਾਂ ਬਹੁਤ ਹੱਲਾਸ਼ੇਰੀ ਮਿਲਦੀ ਸੀ ਅਖਤਰ ਸਾਹਿਬ ਵੱਲੋਂ, ਮੇਰਾ ਥੋੜ੍ਹਾ ਘੱਟ ਰਿਹਾ ਜੀ। ਵੈਸੇ ਉਹ ਕੁਛ ਕੁ ਮੈਨੂੰ ਯਾਦ ਹੈ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਘੁੰਮਣ ਦਾ ਵੀ ਬਹੁਤ ਸ਼ੌਂਕ ਸੀ, ਤਾਂ ਅਸੀਂ ਉਦੋਂ ਨਵੀਂ ਉਹਨਾਂ ਨੇ ਐਲਬਮ ਤੋਂ ਬਾਅਦ ਗੱਡੀ ਲਈ, ਫਿਰ ਘੁੰਮਾ ਕੇ ਲਿਆਈ ਸਾਨੂੰ ਸਾਰੀ ਫੈਮਿਲੀ ਨੂੰ। ਸੋ ਉੱਦਾਂ ਦੇ ਕੁਛ ਕੁ ਸੀਨ ਯਾਦ ਆ ਮੈਨੂੰ, ਬਾਕੀ ਇੰਨਾ ਜ਼ਿਆਦਾ ਨਹੀਂ ਰਿਹਾ ਸਫ਼ਰ ਉਹਨਾਂ ਦਾ। ਹਾਂਜੀ ਜੀ ਜੀ। ਅੱਛਾ ਬਾਈ ਜੀ ਨੇ ਜਿੱਦਾਂ ਦੱਸਿਆ ਕਿ ਜਦੋਂ ਐਲਬਮ ਤੋਂ ਬਾਅਦ ਗੱਡੀ ਲਈ ਸੀ, ਫਿਰ ਜਦੋਂ ਐਲਬਮ ਹਿੱਟ ਹੁੰਦੀ ਆ, ਤੁਹਾਡੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦੇ ਹੋਣਗੇ, ਕੀ ਕਹਿੰਦੇ ਹੁੰਦੇ ਸੀ, ਕੀ ਗੱਲਾਂ ਕਰਦੇ ਹੁੰਦੇ ਸੀ ਆਉਣ ਵਾਲੇ ਫਿਊਚਰ ਦੀਆਂ, ਆਉਣ ਵਾਲੀਆਂ? ਹਾਂਜੀ, ਬਸ ਇਹੀ ਪਲੈਨਿੰਗ ਹੁੰਦੀ ਸੀ ਕਿ ਬੱਚਿਆਂ ਲਈ ਇਹ ਕਰਨਾ, ਉਹ ਕਰਨਾ, ਸੇਵਿੰਗ ਕਰਨੀ ਆ, ਅਸੀਂ ਇਹ ਬਣਾਉਣਾ, ਉਹ ਬਣਾਉਣਾ, ਬੜੇ ਸੁਪਨੇ ਸੀ ਉਹਨਾਂ ਦੇ। ਅਤੇ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ, ਬੇਟੀ ਮੇਰੀ ਕੈਨੇਡਾ ਸਟੱਡੀ ਬੇਸ 'ਤੇ ਗਈ ਆ, ਬੇਟੇ ਦਾ ਇਸ ਲਾਈਨ ਦੇ ਵਿੱਚ ਜ਼ਿਆਦਾ ਹੈਗਾ, ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਗੱਲਾਂ ਨੂੰ ਪੂਰਾ ਕਰਨ ਵਾਸਤੇ ਜੋ ਉਹਨਾਂ ਦੇ ਸੁਪਨੇ ਸੀ। ਜੀ ਜੀ। ਕਿੰਨੀ ਕੁ ਉਮਰ ਸੀ ਬਾਈ ਦੀ ਉਸ ਟਾਈਮ ਜਦੋਂ ਉਹਨਾਂ ਦੀ ਡੈਥ ਹੋਈ ਆ? ਉਹ 31 ਦੇ ਸੀਗੇ। 31 ਦੇ ਸੀ। ਹਾਂਜੀ। ਅੱਜ ਬਾਈ ਜੀ ਜਦੋਂ ਯਾਰ ਦੋਸਤ ਯਾਦ ਕਰਦੇ ਆ, ਤੁਸੀਂ ਵੀ ਯਾਦ ਕਰਦੇ ਹੋਵੋਗੇ, ਹੈ ਨਾ, ਤਾਂ ਕੀ ਮਹਿਸੂਸ ਹੁੰਦਾ ਆ? ਮਹਿਸੂਸ ਹੁੰਦਾ ਜੀ, ਕਦੇ ਕਦੇ ਕਮੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ,
ਵੀ ਮਤਲਬ ਕਿ ਵੀ ਅੱਜ ਜੇ ਹੁੰਦੇ ਤਾਂ ਕੁਛ ਹੋਰ ਹੋਣਾ ਸੀ। ਹਾਂਜੀ ਬਸ ਕਮੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਉਹਨਾਂ ਦੀ, ਕੋਈ ਫੰਕਸ਼ਨ 'ਤੇ ਜਾਈਏ ਜਾਂ ਰਿਲੇਟਿਵ, ਕਿਉਂਕਿ ਉਹਨਾਂ ਦੀ ਡੈਥ ਤੋਂ ਬਾਅਦ ਜ਼ਿਆਦਾਤਰ ਰਿਸ਼ਤੇਦਾਰ ਟੁੱਟ ਗਏ ਕਿਉਂਕਿ ਫਿਰ ਥੋੜ੍ਹਾ ਜਿਹਾ ਸਮਝ ਜਾਓ ਤੁਸੀਂ ਰਿਸ਼ਤੇਦਾਰ ਪਾਸਾ ਵੱਟ ਜਾਂਦੇ ਥੋੜ੍ਹੇ। ਹਾਂਜੀ ਮੈਂ ਬਾਈ ਜੀ ਅੱਖ ਤੁਹਾਡੀ ਦੇਖ ਰਿਹਾ, ਨਾਮ ਹੋਣੀ ਆ, ਨਾਮ ਹੋਣੀ ਲਾਜ਼ਮੀ ਵੀ ਹੈ ਨਾਮ, ਕਿਉਂਕਿ ਤੁਸੀਂ ਉਹਨਾਂ ਦੇ ਸਪੁੱਤਰ ਹੋ, ਅਸੀਂ ਉਹਨਾਂ ਨੂੰ ਸੁਣਦੇ ਰਹੇ ਹਾਂ, ਉਹਨਾਂ ਦੇ ਫੈਨ ਆ, ਛੋਟੇ ਛੋਟੇ ਹੁੰਦੇ ਉਹਨਾਂ ਨੂੰ ਸੁਣਦੇ ਸੀ, ਸਾਡੀ ਵੀ ਉਹਨਾਂ ਨੂੰ ਸੋਚ ਕੇ ਉਹਨਾਂ ਬਾਰੇ ਸੋਚ ਕੇ ਉਹਨਾਂ ਨੂੰ ਯਾਦ ਕਰਕੇ ਅੱਖ ਨਾਮ ਹੋ ਜਾਂਦੀ ਆ। ਤੁਸੀਂ ਸਾਥ ਛੱਡਣ ਦੀ ਗੱਲ ਕੀਤੀ ਆ, ਅਸੀਂ ਪਿੱਛੇ ਜੇ ਵੀ ਕਈ ਮੁਲਾਕਾਤਾਂ ਕੀਤੀਆਂ, ਅਕਸਰ ਕਲਾਕਾਰਾਂ ਦਾ ਰੋਸ ਹੁੰਦਾ, ਕਲਾਕਾਰਾਂ ਦੀ ਫੈਮਿਲੀ ਦਾ ਰੋਸ ਹੁੰਦਾ, ਉਹਨਾਂ ਦੀ ਡੈਥ ਤੋਂ ਬਾਅਦ ਸਾਦੇ ਕੋਈ ਆ ਕੇ ਨਹੀਂ ਢੁੱਕਿਆ, ਕਿਉਂਕਿ ਕਹਿੰਦੇ ਆ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਜਦੋਂ ਉਹ ਹੋਣਗੇ ਉਦੋਂ ਲੱਖਾਂ ਇਸ ਘਰ ਦੇ ਵਿੱਚ ਮਹਿਫਲ ਕਲਾਕਾਰ ਲਾਉਂਦੇ ਹੋਣਗੇ, ਪੇਸ਼ਕਾਰ ਮਹਿਫਲ ਲਾਉਂਦੇ ਹੋਣਗੇ। ਸੱਚੋ ਸੱਚ ਦੱਸਿਓ ਬਾਈ ਜੀ ਕਿੰਨੇ ਕੁ ਆਏ ਆ ਕਲਾਕਾਰਾਂ ਦੀ ਮੈਂ ਗੱਲ ਕਰੂੰਗਾ 2011 ਤੋਂ ਅੱਜ ਤੱਕ, ਸੰਦੀਪ ਅਖਤਰ ਸਾਹਿਬ ਦੀ ਫੈਮਿਲੀ ਦੀ ਪੁੱਛ ਗਿੱਛ ਕਿੰਨਿਆਂ ਕੁ ਨੇ ਲਈ ਆ, ਕਿੰਨਿਆਂ ਕੁ ਨੇ ਕਿਹਾ ਕਿ ਅੱਜ ਤੁਹਾਡਾ ਅਸੀਂ ਪੱਲਾ ਫੜਦੇ ਹਾਂ? ਕਿਸੇ ਨੇ ਵੀ ਨਹੀਂ ਅਸਲ 'ਚ, ਤਾਂ ਕਿਉਂਕਿ ਅਖਤਰ ਸਾਹਿਬ ਦੇ ਭੋਗ 'ਤੇ ਤਾਂ ਬਹੁਤ ਲੋਕਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਉਦੋਂ ਬਾਅਦ ਕੋਈ ਆ ਕੇ ਨਹੀਂ ਖੜਾ ਉਸ ਦਿਨ ਤੋਂ ਬਾਅਦ। ਹਾਂਜੀ ਬਾਈ ਜੀ ਫਿਰ ਦੁੱਖ ਹੁੰਦਾ? ਦੁੱਖ ਤਾਂ ਹੁੰਦਾ ਜੀ, ਬੰਦਾ ਜੇ ਕਿਸੇ ਨੂੰ ਸਹਾਰਾ ਨਹੀਂ ਦੇ ਸਕਦਾ ਤਾਂ ਉਹਦਾ ਮਜ਼ਾਕ ਵੀ ਨਹੀਂ ਉਡਾਉਣਾ ਚਾਹੀਦਾ, ਫਿਰ ਝੂਠਾ ਦਾਅਵਾ ਵੀ ਨਹੀਂ ਕਰਨਾ ਚਾਹੀਦਾ। ਸਹੀ ਹੈ ਨਾ ਜੀ, ਫਿਰ ਉਹ ਦਾਅਵੇ ਉਹਨਾਂ ਦੇ ਝੂਠੇ ਆ ਸਾਰੇ, ਜਾਂ ਤਾਂ ਫਿਰ ਉਹ ਕਰਦੇ ਜੇ ਉਹਨਾਂ ਨੇ ਕਿਹਾ ਸੀ ਤਾਂ। ਬਾਕੀ ਆਪਣਾ ਕਿਸੇ ਨਾਲ ਜੀ ਕੋਈ ਰੋਸ ਨਹੀਂ, ਅਸੀਂ ਵਧੀਆ ਆਪਦਾ ਜ਼ਿੰਦਗੀ ਦਾ ਜਿਉਂਦੇ ਹਾਂ ਵਧੀਆ। ਹਾਂਜੀ ਅਤੇ ਪਰ ਉਹਨਾਂ ਦੀ ਕਮੀ ਜੋ ਅਸੀਂ ਕਦੇ ਪੂਰੀ ਨਹੀਂ ਕਰ ਸਕਦੇ। ਹਾਂਜੀ ਮੈਂ ਆਪ ਵੀ ਨਹੀਂ ਕਰ ਸਕਦਾ ਜੀ, ਜੋ ਉਹਨਾਂ ਦਾ ਇੱਕ ਲੈਵਲ ਸੀ ਉਹ ਘੱਟ ਆ, ਉਹ ਅਖਤਰ ਸਾਹਿਬ ਅਖਤਰ ਸਾਹਿਬ ਹੀ ਰਹਿਣਗੇ, ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ, ਚਾਹੇ ਮੈਂ ਉਹਨਾਂ ਦਾ ਬੇਟਾ ਹੀ ਹਾਂ, ਪਰ ਫਿਰ ਵੀ ਕੁਛ ਕੁ ਰਹਿ ਜਾਂਦੀ ਕਮੀ। ਬਿਲਕੁਲ, ਪਰ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਹਨਾਂ ਤੋਂ ਉੱਪਰ ਦੀ ਸਿੱਟੀਏ, ਫਿਰ ਹੀ ਸਾਨੂੰ ਦੁਨੀਆ ਪਿਆਰ ਕਰੂਗੀ। ਪਰ ਅੱਜ ਤੱਕ ਜਿੰਨੇ ਵੀ ਐਕਸਪੀਰੀਅੰਸ ਆ ਬਹੁਤ ਵਧੀਆ ਰਹੇ ਆ, ਲੋਕ ਪਿਆਰ ਕਰਦੇ ਆ, ਜਿੰਨੇ ਕੁ ਲੋਕ ਜਾਣਦੇ ਆ, ਜੋ ਨਹੀਂ ਜਾਣਦੇ ਉਹਨਾਂ ਨੂੰ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ। ਪਰ ਜਦੋਂ ਮੇਲਿਆਂ 'ਚ ਜਾਈਦਾ ਅਤੇ ਉਹਨਾਂ ਦੇ ਨਾਂ ਨੂੰ ਬਹੁਤ ਇੱਜ਼ਤ ਮਿਲਦੀ ਹੈ, ਉਹਨਾਂ ਦੇ ਨਾਂ ਨੂੰ ਹੀ ਮਿਲਦੀ ਹੈ। ਹਾਂਜੀ ਤੁਸੀਂ ਮੇਲਿਆਂ ਦੀ ਗੱਲ ਕੀਤੀ ਆ, ਵੀ ਮੇਲਿਆਂ ਦੇ ਵਿੱਚ ਕਿਉਂਕਿ ਅੱਜ ਦੀ ਚਲੋ ਪੀੜ੍ਹੀ ਦੇਖ ਲਈਏ ਮੇਲਿਆਂ ਨਾਲ ਨਹੀਂ ਜੁੜੀ ਹੋਈ, ਘੱਟ ਜੁੜੀ ਹੋਈ ਆ, ਪੁਰਾਣੇ ਮੇਲਿਆਂ ਦੇ ਨਾਲ ਜੁੜੇ ਹੋਏ ਆ, ਪੁਰਾਣੇ ਲੋਕ ਜਿਹੜੇ ਆ ਉਹ ਸੰਦੀਪ ਅਖਤਰ ਸਾਹਿਬ ਨੂੰ ਜਾਣਦੇ ਆ, ਬਖੂਬੀ ਜਾਣਦੇ ਆ। ਉੱਥੇ ਜਦੋਂ ਫਿਰ ਸ਼ੈਰੀ ਅਖਤਰ ਜਾ ਕੇ ਖੜਦਾ ਤਾਂ ਲੋਕ ਕਹਿੰਦੇ ਆ ਕਿ ਵਾਕਿਆ ਦੇ ਵਿੱਚ ਹੀ ਸੰਦੀਪ ਦੀ ਜਿਹੜੀ ਆ, ਸੰਦੀਪ ਅਖਤਰ ਸਾਹਿਬ ਦੀ ਝਲਕ ਪੈਂਦੀ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ ਆਪ, ਹਾਂਜੀ ਬਿਲਕੁਲ, ਕਿਉਂਕਿ ਥੋੜ੍ਹਾ ਜਿਹਾ ਪਰਮਾਤਮਾ ਵੱਲੋਂ ਵੀ ਫੇਸ ਵੀ ਅਖਤਰ ਸਾਹਿਬ 'ਤੇ ਹੈ ਅਤੇ ਅਗਲੇ ਦੂਰੋਂ ਹੀ ਦੇਖ ਲੈਂਦੇ ਆ ਵੀ ਅਖਤਰ ਸਾਹਿਬ ਦਾ ਬੇਟਾ। ਹਾਂਜੀ ਹਾਂਜੀ, ਫਿਰ ਅਗਲੇ ਨੂੰ ਮਿਲੀਦਾ ਜੀ, ਪੈਰੀ ਹੱਥ ਲਾ ਕੇ ਮਿਲੀਦਾ ਨਿਮਰਤਾ ਨਾਲ, ਕਿਉਂਕਿ ਜਦੋਂ ਅਖਤਰ ਸਾਹਿਬ ਦਾ ਨਾਂ ਲਿਆ ਤਾਂ ਫਿਰ ਨਿਮਰਤਾ ਰੱਖਣੀ ਪੈਂਦੀ ਹੈ। ਬਿਲਕੁਲ ਵੀ ਹਰੇਕ ਨਾਲ ਹੀ ਨਿਮਰਤਾ ਰੱਖਣੀ ਪੈਂਦੀ ਹੈ। ਅੱਛਾ ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਬਾਈ ਜੀ ਨੇ ਕਿਹਾ ਕਿ ਰਿਸ਼ਤੇਦਾਰ ਨਹੀਂ ਖੜੇ, ਜਦੋਂ ਮੈਂ ਕਲਾਕਾਰਾਂ ਦੀ ਗੱਲ ਪਿੱਛੀ, ਕਿਉਂਕਿ ਚਲੋ ਵੀਰਾ ਤਾਂ ਉਦੋਂ ਬਹੁਤ ਛੋਟਾ ਸੀ ਹੈ ਨਾ ਜੀ, ਜਦੋਂ ਕਲਾਕਾਰ ਜਦੋਂ ਬਾਈ ਜੀ ਹਿੱਟ ਸੀ ਉਦੋਂ ਕਲਾਕਾਰ ਬੜੇ ਆਉਂਦੇ ਹੋਣਗੇ ਹੈ ਨਾ, ਅਤੇ ਫਿਰ ਮੈਂ ਬਾਅਦ ਦੀ ਗੱਲ ਤੁਹਾਡੇ ਤੋਂ ਅਸਲ ਦੇ ਵਿੱਚ ਸੱਚਾਈ ਪੁੱਛੂੰਗਾ, ਕੋਈ ਹੋਊਗਾ ਆ ਕੇ ਢੁੱਕਿਆ ਜਾਂ ਨਹੀਂ? ਬਸ ਕੋਈ ਨਹੀਂ ਆਇਆ? ਨਾ ਜੀ ਕੋਈ ਨਹੀਂ ਆਇਆ, ਸਾਨੂੰ ਕਿਸੇ ਨੇ ਨਹੀਂ ਪੁੱਛਿਆ, ਦਾਅਵੇ ਤਾਂ ਬਹੁਤ ਲੋਕਾਂ ਨੇ ਕੀਤੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਾਂਗੀ, ਪਰ ਸਾਨੂੰ ਕਿਸੇ ਦੀ ਕੋਈ ਹੈਲਪ ਨਹੀਂ ਮਿਲੀ ਅੱਜ ਤੱਕ। ਅਸੀਂ ਆਪਣੇ ਦਮ 'ਤੇ, ਮੈਂ ਖੁਦ ਜੋਬ ਕਰਦੀ ਹਾਂ ਜੀ, ਵੈਲ ਗ੍ਰੈਜੂਏਟ ਹਾਂ ਜੀ, ਐਮ ਏ ਕੀਤੀ ਹੈ, ਮੇਰੀ UGC ਨੈੱਟ ਕੀਤਾ, ਪ੍ਰਾਈਵੇਟ ਟੀਚਰ ਹਾਂ, ਮੈਂ ਆਪਣੇ ਬੱਚੇ ਆਪਣੇ ਦਮ 'ਤੇ ਪਾ ਲਏ ਆ, ਪਰ ਸਾਨੂੰ ਕਿਸੇ ਦੀ ਕੋਈ ਸਪੋਰਟ ਨਹੀਂ ਸੀ, ਈਵਨ ਕਿ ਸਾਨੂੰ ਫੈਮਿਲੀ ਸਪੋਰਟ ਵੀ ਨਹੀਂ ਸੀ ਜੀ। ਹਾਂਜੀ
ਅੱਛਾ ਰੋਸ ਫਿਰ ਜਿਤਾਇਆ ਨਹੀਂ ਜਦੋਂ ਪਹਿਲਾਂ, ਕਿਉਂਕਿ ਜਿਹੜੇ ਪਹਿਲਾਂ ਆਉਂਦੇ ਹੁੰਦੇ ਸੀ ਉਹਨਾਂ ਨੂੰ ਕਿਤੇ ਕਿਹਾ ਨਹੀਂ ਕਿ ਜਦੋਂ ਬਾਈ ਜੀ ਹੁੰਦੇ ਸੀ, ਅਖਤਰ ਸਾਹਿਬ ਹੁੰਦੇ ਸੀ, ਉਹ ਤਾਂ ਤੁਸੀਂ ਇੰਨਾ ਪਿੱਛੇ ਪਿੱਛੇ ਫਿਰਦੇ ਹੁੰਦੇ ਸੀ ਹੈ ਨਾ ਜੀ, ਉਸ ਤੋਂ ਬਾਅਦ ਤੁਸੀਂ ਨਹੀਂ ਕਦੇ ਰੋਸ ਜਿਤਾਇਆ ਜੀ, ਕਿਉਂਕਿ ਤੁਸੀਂ ਇਹਨਾਂ ਦੇ ਸਿਸਟਰ ਹੋ, ਤੁਸੀਂ ਕਦੇ ਰੋਸ ਜਿਤਾਇਆ ਕਿਸੇ ਤੱਕ ਪਹੁੰਚ ਕੀਤੀ ਭਾਵੇਂ ਫੈਮਿਲੀ ਤੱਕ ਹੋਵੇ ਜਾਂ ਉਹਨਾਂ ਦੇ ਜਿਹੜੇ ਜਾਣਕਾਰ ਸੀ ਉਹਨਾਂ ਤੱਕ? ਹਾਂਜੀ, ਹੁਣ ਸਪੋਰਟਰ ਉਸ ਵਕਤ ਤੋਂ ਬਹੁਤ ਆਏ ਸੀ, ਬਾਅਦ ਵਿੱਚ ਬੱਚਿਆਂ ਦੀ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ। ਰੋਸ ਤਾਂ ਫਿਰ ਆਪਾਂ ਤਾਂ ਕਰੀਏ ਜੇ ਆਪਾਂ ਨੂੰ ਕੋਈ ਵੇ ਨਹੀਂ ਬਣਦਾ ਨਾ ਰੋਸ ਕਰਨ ਦਾ, ਜੇ ਤੁਹਾਨੂੰ ਖੁਦ ਨਹੀਂ ਦਿਖ ਰਿਹਾ ਫਿਰ ਅਸੀਂ ਖੁਦ ਥੋੜੀ ਨਾ ਕਵਾਂਗੇ ਕਿ ਸਾਡੀ ਅੱਲਾਹ ਤੋਂ ਮਦਦ ਮੰਗੋ ਜੀ, ਮਾਲਕ ਪਰਮਾਤਮਾ ਸਭ ਦਾ, ਹਾਂਜੀ ਉਹ ਸਭ ਨੂੰ ਦਿੰਦਾ। ਉਹਨਾਂ 'ਤੇ ਡੋਰੀਆਂ ਰੱਖੋ, ਸੁਣੂਗਾ ਫਰਿਆਦ ਬੱਚਿਆਂ ਨੂੰ, ਕਿਸੇ ਲੈਵਲ 'ਤੇ ਤਾਂ ਪਹੁੰਚਣਗੇ ਬੱਚੇ, ਹਾਂਜੀ ਆਪਣੇ ਬਾਪ ਦਾ ਨਾਮ ਰੋਸ਼ਨ ਕਰਨਗੇ, ਬਸ ਸਭ ਕਾ ਮਾਲਕ ਅੱਲਾ ਹੀ ਆ ਜੀ। ਅੱਛਾ ਫਿਰ ਕੀ ਮੰਨਦੇ ਹੋ ਜੀ, ਇਹ ਤਰਾਸਦੀ ਤੁਹਾਡੀ ਨਹੀਂ, ਅਸੀਂ ਪਿੱਛੇ ਜੇ ਵੀ ਬਾਈ ਮੇਜਰ ਰਾਜਸਥਾਨੀ ਹੋਰਾਂ ਦੀ ਫੈਮਿਲੀ ਨਾਲ ਗੱਲ ਕੀਤੀ ਆ, ਬਾਈ ਧਰਮਪ੍ਰੀਤ ਹੋਰਾਂ ਦੀ ਫੈਮਿਲੀ ਨਾਲ ਗੱਲ ਕੀਤੀ ਆ, ਹੋਰ ਕਈ ਕਲਾਕਾਰਾਂ ਨਾਲ ਗੱਲਬਾਤ ਹੁੰਦੀ ਆ, ਉਹਨਾਂ ਦੀ ਫੈਮਿਲੀ ਨਾਲ ਗੱਲਬਾਤ ਹੁੰਦੀ ਆ, ਹਰ ਇੱਕ ਦਾ ਰੋਸ ਹੀ ਆ, ਸਾਡੇ ਕੋਲ ਕੋਈ ਨਹੀਂ ਖੜਦਾ, ਕੀ ਮੰਨਦੇ ਹੋ ਤੁਸੀਂ, ਵੈਲ ਐਜੂਕੇਟਡ ਹੋ, ਪੜ੍ਹੇ ਲਿਖੇ ਹੋ, ਕੀ ਚੱਲਦਾ, ਕੀ ਇਹ ਕਿਉਂ ਆ ਤਰਾਸਦੀ, ਹਰ ਪਰਿਵਾਰ ਦੀ ਤਰਾਸਦੀ ਕਿਉਂ ਰਹੀ ਆ, ਕਿਉਂ ਨਹੀਂ ਮਿਲਣ ਆਉਂਦੇ? ਪਹਿਲਾਂ ਤਾਂ ਫਿਰ ਬੜੇ ਪਿੱਛੇ ਪਿੱਛੇ ਫਿਰਦੇ ਆ, ਜਦ ਉਹ ਚਲਾ ਜਾਂਦਾ ਚਲੋ ਫਾਈਨੈਂਸ਼ਲੀ ਤੌਰ 'ਤੇ ਹੈਲਪ ਨਾ ਕਰੋ, ਮੈਂਟਲੀ ਤੌਰ 'ਤੇ ਹੈਲਪ ਕਰੋ, ਮੈਂਟਲੀ ਤੌਰ 'ਤੇ ਸਟਰੋਂਗ ਕਰਨਾ ਚਾਹੀਦਾ, ਸਟਰੋਂਗ ਕਰਨਾ ਚਾਹੀਦਾ, ਕਰਨਾ ਚਾਹੀਦਾ, ਕਿਉਂਕਿ ਭੈਣ ਭਰਾਵਾਂ ਦੇ ਨਾਲ ਅਸੀਂ ਜੁੜੇ ਹੋਏ, ਜਿਨ੍ਹਾਂ ਨਾਲ ਸੀਗੇ ਉਹਨਾਂ ਦਾ ਬਣਦਾ ਸੀ ਫਰਜ਼ ਕਿ ਸਾਨੂੰ ਬਾਅਦ 'ਚੋਂ ਵੀ ਆ ਕੇ ਮੈਂਟਲੀ ਤੌਰ 'ਤੇ ਸਾਡੇ ਨਾਲ ਹਮਦਰਦੀ ਰੱਖਦੇ, ਆਉਣ ਜਾਣ ਰੱਖਦੇ, ਪਰ ਨਹੀਂ ਕਿਸੇ ਨੇ ਸਮਝੀ ਇਸ ਗੱਲ ਨੂੰ, ਫਿਰ ਅਸੀਂ ਤਾਂ ਕੋਈ ਰੋਸ ਹੀ ਨਹੀਂ ਕੀਤਾ ਕਿਸੇ 'ਤੇ, ਅਸੀਂ ਆਪਣੀ ਕਿਸਮਤ ਮੰਨ ਲਈ ਔਰ ਆਪਣੀ ਜੋ ਜ਼ਿੰਦਗੀ ਦੀ ਸਟਰਗਲ ਆ ਉਹਨੂੰ ਜਾਰੀ ਰੱਖਿਆ ਜੀ, ਅੱਗੇ ਵੀ ਰੱਖਾਂਗੇ, ਪਰਮਾਤਮਾ ਕਰੇ ਮੇਰੇ ਬੱਚੇ ਕਾਮਯਾਬ ਹੋ ਜਾਣਗੇ, ਉਹਨੂੰ ਫਿਕਰ ਹੈ ਪਰਮਾਤਮਾ ਨੂੰ ਜੀ ਜੀ। ਕਾਮਯਾਬੀ ਬਾਈ ਦੀ ਆਵਾਜ਼ ਦੇ ਵਿੱਚ ਦਿਸਦੀ ਆ, ਅਸੀਂ ਦੁਆ ਵੀ ਕਰਾਂਗੇ ਕਿ ਬਾਈ ਉਹ ਮੁਕਾਮ ਉਹਨਾਂ ਤੋਂ ਉੱਪਰ ਦਾ ਮੁਕਾਮ ਹਾਸਲ ਕਰੇ। ਅੱਛਾ ਤੁਸੀਂ ਕਿਹਾ ਕੋਈ ਆ ਕੇ ਨਹੀਂ ਖੜਿਆ, ਕਈ ਵਾਰੀ ਮੈਂ ਸਵਾਲ ਇਹ ਪੁੱਛੂੰਗਾ ਕਿ ਕਈ ਵਾਰੀ ਇਹ ਵੀ ਹੁੰਦਾ ਨਾ ਕਿ ਆਪਣੇ ਆਪ ਦੇ ਵਿੱਚ ਜਦੋਂ ਬੰਦਾ ਕਹਿੰਦਾ ਨਾ ਯਾਰ ਜਦੋਂ ਇਹ ਸਟਾਰ ਸੀ ਉਦੋਂ ਤਾਂ ਇਹਨੇ ਮੇਰੇ ਨਾਲ ਗੱਲਬਾਤ ਨਹੀਂ ਕੀਤੀ, ਅੱਜ ਇਹ ਉਸ ਦੌਰ ਦੇ ਵਿੱਚ ਆ ਤਾਂ ਮੈਂ ਇਹਦੀ ਕਿਉਂ ਬਾਂਹ ਫੜਾਂ, ਕਿਤੇ ਆਪ ਦੇ ਵਿੱਚ ਕੋਈ ਕਮੀ ਤਾਂ ਨਹੀਂ ਸੀ ਉਸ ਵੇਲੇ? ਨਹੀਂ, ਇਹ ਨਹੀਂ ਕਹਿ ਸਕਦੇ ਆਪਾਂ ਕਿ ਕੋਈ ਕਮੀ ਸੀ, ਕਿਉਂਕਿ ਉਹ ਇੱਦਾਂ ਦੇ ਇਨਸਾਨ ਸੀ ਕਿ ਉਹ ਹਰ ਇੱਕ ਦੀ ਹੈਲਪ ਕਰਦੇ ਸੀ, ਚਾਹੇ ਕੋਈ ਉਹਨਾਂ ਦੇ ਇੰਸਟਰੂਮੈਂਟ ਵਾਲਾ ਕੋਈ ਵੀ ਸਾਜੀ ਸੀਗੇ ਜਾਂ ਕੋਈ ਵੀ ਉੱਦਾਂ ਰਿਲੇਟਡ ਸੀਗੇ ਜਾਂ ਕਹਿ ਲਈਏ ਆਪਾਂ ਫੈਮਿਲੀ ਰਿਲੇਸ਼ਨ ਜਾਂ ਕੁਛ ਵੀ ਕਹਿ ਲਈਏ ਨਾ, ਉਹ ਹਰ ਇੱਕ ਦੀ ਹੈਲਪ ਕਰਦੇ ਸੀ, ਐਵੇਂ ਦੇ ਨਹੀਂ ਸੀਗੇ ਜੀ ਜੀ। ਇਹ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਕੁਛ ਇੱਦਾਂ ਦਾ ਕੀਤਾ ਹੋਊਗਾ ਤਾਂ ਜੋ ਲੋਕ ਪਿੱਛੇ ਹਟੇ ਆ, ਐਵੇਂ ਦਾ ਕੁਛ ਨਹੀਂ ਹੈ ਜੀ ਜੀ। ਅੱਛਾ ਉਹਨਾਂ ਨੂੰ ਪਿਆਰ ਕਰਨ ਵਾਲੇ ਸਰੋਤੇ ਕੋਈ ਆਉਂਦਾ, ਉਹ ਕੋਈ ਤੁਹਾਨੂੰ ਮਿਲਦਾ ਹੋਣਾ ਜਾਂ ਕੋਈ ਆਉਂਦੇ ਆ ਘਰੇ, ਕੋਈ ਆਏ ਆ? ਨਹੀਂ, ਜਦੋਂ ਕਿਤੇ ਅਸੀਂ ਕਿਸੇ ਫੰਕਸ਼ਨ 'ਤੇ ਜਾਂ ਕਿਤੇ ਮਿਲਦੇ ਹੈਗੇ ਹਾਂ ਤਾਂ ਲੋਕ ਸਾਨੂੰ ਬਹੁਤ ਪਿਆਰ ਦਿੰਦੇ ਆ, ਐਜ਼ ਏ ਫੋਰਮੈਲਿਟੀ ਸਮਝ ਲਓ ਜਾਂ ਕੁਛ ਵੀ ਸਮਝ ਲਓ ਜਾਂ ਦਿਲੋਂ ਕਰਦੇ ਆ ਜਾਂ ਕੁਛ ਵੀ, ਪਰ ਸਾਡੇ ਘਰ ਆ ਕੇ ਕਦੇ ਕਿਸੇ ਨੇ ਸਾਨੂੰ ਕੋਈ ਪਿਆਰ ਨਹੀਂ ਦਿੱਤਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ, ਇਹ ਮੈਂ ਸਰੋਤਿਆਂ ਦੇ ਪੱਖ ਤੋਂ ਵੀ ਦੱਸਣੀ ਚਾਹੂੰਗਾ, ਕਿਉਂਕਿ ਅਸੀਂ ਵੀ ਜਦੋਂ ਸਾਨੂੰ ਨਾ ਕਮੈਂਟ ਬੜੇ ਆਏ ਆ, ਫੋਨ ਕਾਲ ਬੜੇ ਆਏ ਆ, ਕਿਉਂਕਿ ਬੜੇ ਸਰੋਤੇ ਇੱਦਾਂ ਦੇ ਹੁੰਦੇ ਆ, ਚਲੋ ਹੁਣ ਆਪਾਂ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਬੜਿਆਂ ਨੂੰ ਇਹੀ ਨਹੀਂ ਪਤਾ ਕਿ ਕੋਟਕਪੂਰਾ ਰਹਿੰਦੇ ਕਿੱਥੇ ਆ, ਸਾਨੂੰ ਵੀ ਬੜੀ ਵਾਧ ਦੇ ਵਿੱਚ ਜਦੋਂ ਅਸੀਂ ਪਤਾ ਕਿਰਾ ਪਤਾ ਲੱਗਾ ਕੋਟਕਪੂਰਾ ਦੇ ਵਿੱਚ ਰਹਿੰਦੇ ਆ, ਹੈ ਨਾ ਜੀ। ਸਰੋਤੇ ਜਿਹੜੇ ਆ ਮੈਨੂੰ ਤਾਂ ਇਹੀ ਲੱਗਦਾ ਕਿ ਦਿਲੋਂ ਪਿਆਰ ਕਰਦੇ ਆ, ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ, ਤਾਂ ਹੀ ਅੱਜ ਵੀ ਉਹਨਾਂ ਦੇ ਗੀਤ ਜੇ ਟਰੈਕਟਰਾਂ 'ਤੇ ਗੱਡੀਆਂ 'ਤੇ ਟਰੱਕਾਂ 'ਤੇ ਚੱਲਦੇ ਆ ਤਾਂ ਉਹਨਾਂ ਨੂੰ ਪਿਆਰ ਕਰਦੇ ਆ। ਅੱਛਾ ਜਦੋਂ ਬਾਈ ਜੀ ਫਿਰ ਲਾਈਵ ਸ਼ੋਅ ਕਿੰਨੇ ਕੁ ਲੱਗਦੇ ਹੁੰਦੇ ਸੀ, ਪਹਿਲਾਂ ਦੱਸੋ ਪ੍ਰੋਗਰਾਮ ਕਿਵੇਂ ਸੀ? ਪ੍ਰੋਗਰਾਮ ਤਾਂ ਬਹੁਤ ਲੱਗਦੇ ਸੀ ਉਹਨਾਂ ਦੇ, ਅੱਛੀ ਪੇਮੈਂਟ ਵੀ ਅੱਛੀ ਲੈਂਦੇ ਸੀਗੇ ਜੀ, ਅਤੇ ਬਾਕੀ ਇਹ ਸੀਗਾ ਕਿ ਆਹ ਸੀਜ਼ਨ ਹੀ ਹੁੰਦਾ ਕਲਾਕਾਰਾਂ ਦਾ, ਤੁਹਾਨੂੰ ਪਤਾ ਹੀ ਆ ਕੋਈ 12 ਮਹੀਨੇ ਤਾਂ ਇਹਨਾਂ ਦੇ ਚੱਲਦੇ ਨਹੀਂ ਪ੍ਰੋਗਰਾਮ, ਸੀਜ਼ਨ ਦੇ ਵਿੱਚ ਅੱਛੇ ਪ੍ਰੋਗਰਾਮ ਲੱਗਦੇ ਸੀ ਜੀ ਜੀ। ਅੱਛਾ ਕਿਹੜੇ ਬੜੇ ਕਲਾਕਾਰਾਂ ਦੇ ਨਾਲ ਕੰਮ ਕੀਤਾ, ਤੁਹਾਨੂੰ ਦੱਸਦੇ ਹੋਣਗੇ ਕਿ ਇਹ ਕਲਾਕਾਰ ਇੱਦਾਂ ਦਾ ਹੈ, ਇਹਦੇ ਬੜਾ, ਕਿਉਂਕਿ ਕਈ ਹੁੰਦੇ ਆ ਨਾ ਡਿਊਟ ਬੜੇ ਕੀਤੇ ਆ,
ਉਹ ਕਿਹੜੇ ਕਿਹੜੇ ਕਿਸ ਡਿਊਟ ਦੇ ਨਾਲ ਕੰਮ ਕਰਕੇ ਕਹਿੰਦੇ ਹੁੰਦੇ ਸੀ ਕਿ ਜੀ ਫੀਮੇਲ ਸਿੰਗਰ ਦੇ ਨਾਲ ਗੱਲ ਕੰਮ ਕਰਕੇ ਕਹਿੰਦੇ ਹੁੰਦੇ ਸੀ ਕਿ ਇਹ ਬੜਾ ਵਧੀਆ ਕੰਮ ਕਰਦੇ ਆ, ਮੈਂ ਇਨ ਫਿਊਚਰ ਦੇ ਵਿੱਚ ਵੀ ਇਹਨਾਂ ਨਾਲ ਹੀ ਕੰਮ ਕਰਨਾ ਚਾਹੂੰ, ਇੱਦਾਂ ਦੀ ਕੋਈ ਗੱਲ ਕਰਦੇ ਹੁੰਦੇ ਸੀ? ਨਹੀਂ, ਤੁਹਾਡਾ ਮਤਲਬ ਕਿ ਜਿੱਦਾਂ ਕਿ ਸਟੇਜ ਤੇ ਫੀਮੇਲ ਜਾਂਦੀਆਂ ਸੀ ਜਾਂ ਟੇਪਸ ਦੇ ਵਿੱਚ? ਜੀ, ਟੇਪ ਦੇ ਵਿੱਚ ਗੱਲ ਜੀ, ਕੈਸਟ ਦੀ ਮੈਂ ਗੱਲ ਕਰ ਰਿਹਾ ਹਾਂ। ਆ ਪ੍ਰਵੀਨ ਨਾਲ ਉਹਨਾਂ ਦੀ ਕਾਫੀ ਹਿੱਟ ਹੋਈ ਹੈ ਜੋ ਜੀ, ਪ੍ਰਵੀਨ ਭਾਟਾ ਨਾਲ, ਅੱਛੀ ਲੜਕੀ ਹੈ ਜੀ, ਜੀ ਨਾਈਸ ਹੈ ਜੀ, ਜੀ ਤੇ ਉਹਨਾਂ ਨਾਲ ਉਹਨਾਂ ਦੇ ਗੀਤ ਬਹੁਤ ਹਿੱਟ ਹੋਏ ਆ। ਬਾਕੀ ਸੁਦੇਸ਼ ਕੁਮਾਰੀ ਜੀ ਨਾਲ ਵੀ ਉਹਨਾਂ ਨੇ, ਮਿਸ ਪੂਜਾ ਜੀ ਨਾਲ ਵੀ, ਹਾਂ ਮਿਸ ਪੂਜਾ ਨਾਲ ਵੀ ਕੀਤੀ ਜੀ। ਅੱਛਾ, ਇੱਕ ਮੈਨੂੰ ਹੋਰ ਗੱਲ ਦੱਸਿਓ ਜੀ, ਅੱਛਾ ਇੱਕ ਗੱਲ ਹੋਰ ਦੱਸਿਓ, ਮੈਂ ਸੁਣ ਰਿਹਾ ਸੀ ਪਹਿਲੀ ਜਿਹੜੀ ਉੱਟ ਜਾ ਮੋਰਨੀ ਟੇਪ ਸੀ ਉਹਦੇ ਵਿੱਚ ਬਾਈ ਯੁੱਧਵੀਰ ਨਾਲ ਸੀ, ਉਹ ਕੀ ਕਨਸੈਪਟ ਸੀ? ਇਹ ਤਾਂ ਹੁਣ ਬੇਦਲ ਵੀਰ ਜੀ ਨੂੰ ਹੀ ਪਤਾ ਕਿ ਉਹਨਾਂ ਦਾ ਕੀ ਇੱਕ ਕੋਈ ਐਕਸਪੀਰੀਅੰਸ ਕੀਤਾ ਸੀ ਉਹਨਾਂ ਨੇ, ਹੋ ਸਕਦਾ ਉਸ ਤੋਂ ਪਹਿਲਾਂ। ਮੇਰਾ ਖਿਆਲ ਹੈ ਆਪਣੇ ਦੀ ਇਹਦੀ ਕੀ ਨਾਮ ਸੀ ਬੇਟਾ, ਰਸੀਲੇ ਨੇ ਗਾਇਆ ਸੀ, ਕੁਲਦੀਪ ਰਸੀਲਾ, ਧਰਮਪ੍ਰੀਤ ਭਾਈ, ਹਾਂ ਇਹਨਾਂ ਦੀ ਪਹਿਲਾਂ ਆਈ ਸੀ ਸ਼ਾਇਦ, ਇਹੀ ਆਈਡੀਆ ਵੀਰ ਜੀ ਨੇ ਕੀਤਾ। ਤੁਹਾਡੇ ਨਾਲ ਆ ਕੇ ਨਹੀਂ ਗੱਲ ਕੀਤੀ ਕਿ ਜੂਟ ਕਰਨਾ ਤੇ ਇੱਕ ਫੀਮੇਲ ਸਿੰਗਰ ਚਾਹੀਦੀ ਆ? ਹਾਂ ਨਹੀਂ, ਉਹ ਤਾਂ ਚੱਲਦਾ ਸੀਗਾ, ਉਹ ਹੱਸਦੇ ਵੀ ਬਹੁਤ ਹੁੰਦੇ ਸੀ ਜੀ, ਉਹਨੂੰ ਬਹੁਤ ਮਜ਼ਾਕ ਵੀ ਕਰਦੇ ਹੁੰਦੇ ਸੀਗੇ ਜੀ ਜੀ। ਮੇਰਾ ਖਿਆਲ ਉਹਦਾ ਨਾਮ ਵੀ ਬੰਤੋ ਰੱਖਿਆ ਸੀ ਇਹਨਾਂ ਨੇ, ਸਾਰੀ ਇਹਨਾਂ ਦੀ ਟੀਮ ਨੇ ਜੀ ਜੀ, ਤਾਂ ਇਦਾਂ ਬਹੁਤ ਹੱਸਦੇ ਜਦੋਂ। ਪਰ ਫਿਰ ਜਦੋਂ ਪ੍ਰੋਗਰਾਮ ਤੇ ਜਾਂਦੇ ਸੀ ਉਹ ਤਾਂ ਨਾਲ ਲਿਜਾ ਨਹੀਂ ਸਕਦੀ, ਉਹ ਤਾਂ ਫੀਮੇਲ ਸਿੰਗਰ ਹੀ ਹੁੰਦੀ ਸੀ, ਉਹ ਤਾਂ ਫੀਮੇਲ ਸਿੰਗਰ ਹੁੰਦੀ ਸੀ ਜੀ ਜੀ। ਉਦੋਂ ਬਾਅਦ ਤਾਂ ਇਹ ਮਤਲਬ ਦੋ ਟੇਪਾਂ ਕੀਤੀਆਂ ਮੇ ਵੀ ਯੁੱਧਵੀਰ ਬਾਈ ਨਾਲ? ਹਾਂਜੀ, ਯੁੱਧਵੀਰ ਨਾਲ ਦੋ ਕੀਤੀਆਂ ਸੀ, ਇੱਕ ਉੱਡ ਜਾ ਮੋਰਨੀ ਤੇ ਨੱਚ ਲਾ ਕਬੂਤਰੀਏ, ਇਹ ਦੋਨੋਂ ਟੇਪਾਂ ਯੁੱਧਵੀਰ ਨਾਲ ਆਈਆਂ ਸੀ ਇਹਨਾਂ ਦੀਆਂ ਜੀ ਜੀ। ਕਿਹੜੇ ਕਿਹੜੇ ਪੇਸ਼ਕਾਰਾਂ ਨਾਲ, ਕਲਾਕਾਰਾਂ ਨਾਲ ਪਿਆਰ ਬਹੁਤ ਜ਼ਿਆਦਾ ਸੀ? ਤੁਹਾਡੇ ਨਾਲ ਗੱਲਬਾਤ ਕਰਦੇ ਹੋਣਗੇ ਪਿਆਰ ਬੜਾ ਸੀ, ਭਰੱਪੇ ਤੌਰ 'ਤੇ ਗੱਲਬਾਤ ਕਰ ਲਈ ਆਪਾਂ, ਕਿਹੜੇ ਕਿਹੜੇ ਕਲਾਕਾਰ ਸੀ? ਉਹਨਾਂ ਦਾ ਤਾਂ ਸਾਰਿਆਂ ਨਾਲ ਹੀ ਪਿਆਰ ਸੀਗਾ, ਜਿਨ੍ਹਾਂ ਨੂੰ ਵੀ ਮਿਲਦੇ ਸੀ ਉਹ ਭੱਜ ਕੇ ਮਿਲਦੇ ਸੀ, ਹੱਸ ਕੇ ਮਿਲਦੇ ਸੀ ਜੀ ਜੀ। ਅੱਛਾ, ਫਿਊਚਰ ਦੇ ਪਲੈਨ ਕੀ ਨੇ ਸ਼ੈਰੀ ਅਖਤਰ ਨੂੰ ਲੈ ਕੇ? ਸ਼ੈਰੀ ਬਾਈ, ਜਿੱਦਾਂ ਤੁਸੀਂ ਦੱਸਿਆ ਕਿ ਕਲਾਕਾਰੀ ਦੇ ਵਿੱਚ ਆ, ਕਲਾਕਾਰੀ ਦੇ ਵਿੱਚ ਮੰਜ਼ਿਲ ਕੀ ਆ? ਕਲਾਕਾਰੀ ਲਾਈਨ ਦੇ ਵਿੱਚ ਤਾਂ ਤੁਸੀਂ ਖੁਦ ਸਮਝਦਾਰ ਹੋ ਕਿ ਬੰਦਾ ਸਾਰੀ ਜ਼ਿੰਦਗੀ ਤੁਰਿਆ ਜਾਂਦਾ, ਕੋਈ ਮੰਜ਼ਿਲ ਹੈ ਹੀ ਨਹੀਂ ਜੀ। ਨਿੱਤ ਨਵੀਆਂ ਆਈਡੀਏ, ਨਿੱਤ ਨਵੀਆਂ ਕੋਈ ਆ ਰਹੇ ਇਸ ਲਾਈਨ ਦੇ ਵਿੱਚ। ਇਨ ਫਿਊਚਰ ਦੇ ਵਿੱਚ ਮੇਰੀ ਸੋਚ ਤਾਂ ਇਹ ਹੈ ਕਿ ਬੱਚੇ ਨੂੰ ਮੈਂ ਥੋੜ੍ਹਾ ਇਹਦਾ, ਠੀਕ ਹੈ ਇਹਦਾ ਸ਼ੌਕ ਰਵੇ, ਪ੍ਰੋਫੈਸ਼ਨ ਨਾ ਬਣੇ ਜੀ, ਵੀ ਇਹ ਜੋਬ ਕਰੇ ਨਾਲ ਜੀ, ਇੱਦਾਂ ਦਾ ਕੁਛ ਪਲਾਨ ਹੈ। ਪਰ ਜੇ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦੇ ਕਲਾਕਾਰ ਨੂੰ ਕਲਾਕਾਰੀ ਲਾਈਨ ਦੇ ਵਿੱਚ ਤਾਂ ਕਹਿੰਦੇ ਪੈਸਾ ਹੀ ਬੜਾ ਆ, ਹੈ ਨਾ ਜੀ, ਫਿਰ ਪ੍ਰੋਫੈਸ਼ਨ ਕਿਉਂ ਨਹੀਂ ਬਣਾਉਣਾ ਚਾਹੁੰਦੇ? ਵੀ ਜੇ ਆਪਾਂ ਇੱਕ ਚੀਜ਼ ਨੂੰ ਕਹਿੰਦੇ ਹੁੰਦੇ ਜੇ ਸ਼ਿੱਦਤ ਨਾਲ ਕਿਸੇ ਚੀਜ਼ ਦੇ ਮਗਰ ਪੈ ਜਾਈਏ ਤਾਂ ਉਹ ਚੀਜ਼ ਤੁਹਾਡੇ ਕਦਮਾਂ ਦੇ ਵਿੱਚ ਆਉਂਦੀ ਜ਼ਰੂਰ ਆ, ਫਿਰ ਪ੍ਰੋਫੈਸ਼ਨ ਕਿਉਂ ਨਹੀਂ ਬਣਾਉਣਾ ਚਾਹੁੰਦੇ? ਕਿਉਂਕਿ ਫਾਦਰ ਸਾਹਿਬ ਨੇ ਅਲੱਗ ਝੰਡੇ ਗੱਡੇ ਆ, ਜੇ ਆਪਾਂ ਉਸ ਮੁਕਾਮ 'ਤੇ ਪਹੁੰਚਣਾ ਤਾਂ ਮੈਨੂੰ ਲੱਗਦਾ ਪ੍ਰੋਫੈਸ਼ਨ ਬਣਾ ਕੇ ਪਹੁੰਚਣਾ ਪੈਣਾ। ਜੇ ਆਪਾਂ ਇੱਦਾਂ ਕਰੀਏ ਕਿ ਚੱਲ ਯਾਰ ਕੋਈ ਗੱਲ ਨਹੀਂ ਇੱਕ ਅੱਧੀ ਟੇਪ ਕਰ ਲਿਆ ਕਰਾਂਗੇ, ਪਿਆਰ ਮਿਲ ਜਾ ਕਰੂ, ਤਾਂ ਫਿਰ ਤਾਂ ਮੈਨੂੰ ਲੱਗਦਾ ਉਹ ਮੰਜ਼ਿਲ ਦੂਰ ਹੁੰਦੀ ਚਲੀ ਜਾਊ। ਮੇਰਾ ਐਕਸਪੀਰੀਅੰਸ ਤਾਂ ਇਹ ਕਹਿੰਦਾ ਕਿ ਨਾਲ ਜੋਬ ਜ਼ਰੂਰੀ ਆ ਬੱਚੇ ਨੂੰ ਜੀ, ਕਿਉਂਕਿ ਇਸ ਲਾਈਨ ਦੇ ਵਿੱਚ ਕਾਮਯਾਬ ਤਾਂ ਕਿਸਮਤ ਵਾਲੇ ਹੀ ਹੁੰਦੇ ਆ, ਬਹੁਤ ਵਧੀਆ ਵਧੀਆ ਕਲਾਕਾਰ ਗਾਉਣ ਵਾਲੇ ਜਿਹੜੇ ਵਿਚਾਰੇ ਘਰ ਹੀ ਬੈਠੇ ਆ, ਜਿਨ੍ਹਾਂ ਦਾ ਮੁੱਲ ਨਹੀਂ ਪੈ ਰਿਹਾ, ਉਹ ਦਾਣੇ ਸਿੱਧੇ ਪੈਣ ਵਾਲੀ ਗੱਲ ਆ, ਜਿਵੇਂ ਕਹਿੰਦੇ ਹੁੰਦੇ ਜਿਹਦੇ ਦਾਣੇ ਸਿੱਧੇ ਪੈ ਜਾਣ। ਬਾਕੀ ਕੋਸ਼ਿਸ਼ ਤਾਂ ਹੈ, ਮੇਰਾ ਬੇਟਾ ਬਹੁਤ ਸਿੱਖ ਰਿਹਾ, ਬਹੁਤ ਕੋਸ਼ਿਸ਼ ਕਰ ਰਿਹਾ ਕਿ ਮੈਂ ਇਸ ਕੰਮ ਲਾਈਨ ਵਿੱਚ ਕਾਮਯਾਬ ਹੋਵਾਂ, ਪਰਮਾਤਮਾ ਕਰੇ ਵੀ ਕਾਮਯਾਬ ਮੇਰੇ ਬੱਚੇ ਨੂੰ ਜੀ ਜੀ। ਪਰ ਤੁਹਾਡੇ ਖਾਨਦਾਨ ਨੂੰ ਤਾਂ ਪਰਿਵਾਰ ਸੋਰੀ ਪਰਮਾਤਮਾ ਵੱਲੋਂ ਵੀ ਦੇਣ ਆ, ਹੈ ਨਾ ਜੀ, ਬਖਸ਼ਿਸ਼ ਆ। ਸਦੀਪ ਅਖਤਰ ਸਾਹਿਬ ਦੀ ਗੱਲ ਕਰ ਲਈਏ, ਦਿਲਸ਼ਾਦ ਅਖਤਰ ਸਾਹਿਬ ਦੀ ਗੱਲ ਕਰ ਲਈਏ, ਮਨਪ੍ਰੀਤ ਅਖਤਰ ਜੀ ਦੀ ਗੱਲ ਕਰ ਲਈਏ, ਆਪਣੇ ਅਲੱਗ ਝੰਡੇ ਗੱਡਲੇ ਆ, ਅਲੱਗ ਮੁਕਾਮ ਬਣਾਇਆ। ਜਦੋਂ ਰੱਬ ਦਾ ਹੱਥ ਨਾਲ ਹੋਵੇ, ਸੁਣ ਲੱਗਦਾ ਪੂਰੀ ਤਰ੍ਹਾਂ ਨਾਲ ਬਾਈ ਨੂੰ ਝੋਕ ਦੇਣਾ ਚਾਹੀਦਾ ਉਸ ਲਾਈਨ ਵੱਲ? ਜਾ ਰਿਹਾ ਹੈ, ਪੂਰੀ ਤਰ੍ਹਾਂ ਜਾ ਰਿਹਾ, ਇਹ ਨਹੀਂ ਹੈ ਕੋਈ ਇਹਨੂੰ ਰੋਕ ਨਹੀਂ ਹੈਗੀ ਜੀ ਜੀ। ਪਰ ਥੋੜ੍ਹਾ ਮੈਂ ਸੱਚ ਬੋਲਾਂਗੀ ਕਿ ਮੈਨੂੰ ਥੋੜ੍ਹਾ ਇਹ ਸੀ ਕਿ ਨਾਲ
ਐਕਸਟਰਾ ਇਨਕਮ ਵੀ ਹੋਵੇ ਕਿਉਂਕਿ ਜੋ ਅਸੀਂ ਵਕਤ ਦੇਖਿਆ ਮੈਂ ਨਹੀਂ ਚਾਹੁੰਦੀ ਕਿ ਇਨ ਫਿਊਚਰ ਸਾਡੇ ਅੱਗੇ ਵਾਲੇ ਬੱਚੇ ਵੀ ਕੁਛ ਇੱਦਾਂ ਦਾ ਦੇਖਣ ਹੈ ਨਾ ਸੋ ਐਕਸਟਰਾ ਇਨਕਮ ਤਾਂ ਜ਼ਰੂਰੀ ਆ ਸਾਈਡ ਬਿਜ਼ਨਸ ਜ਼ਰੂਰੀ ਹੈ ਬੰਦੇ ਆਪਾਂ ਦਿਲਸ਼ਾਦ ਅਖਤਰ ਸਾਹਿਬ ਮਨਪ੍ਰੀਤ ਅਖਤਰ ਜੀ ਦੀ ਗੱਲ ਕੀਤੀ ਆ ਕਿੱਦਾਂ ਦਾ ਮੇਲ ਜੋਲ ਸੀ ਉਹਨਾਂ ਨਾਲ ਮਨਪ੍ਰੀਤ ਦੀਦੀ ਖੁਦ ਜੋਬ ਕਰਦੇ ਸੀਗੇ ਗਵਰਨਮੈਂਟ ਜੋਬ ਸੀ ਉਹਨਾਂ ਦੀ ਉਹਨਾਂ ਦੇ ਹਸਬੈਂਡ ਵੀ ਜੋਬ ਕਰਦੇ ਆ ਤਾਂ ਉਹਨਾਂ ਦਾ ਵੀ ਇਹ ਪ੍ਰੋਫੈਸ਼ਨ ਨਹੀਂ ਸੀਗਾ ਜੇ ਆਪਾਂ ਕਹਿ ਲਈਏ ਉਹ ਇੱਕ ਐਜ਼ ਏ ਆਪਣੇ ਸ਼ੌਂਕ ਦੇ ਤੌਰ 'ਤੇ ਗਾਉਂਦੇ ਸੀ ਅੱਛਾ ਕਿੱਦਾਂ ਦਾ ਮੇਲ ਜੋਲ ਸੀ ਬਹੁਤ ਵਧੀਆ ਦੀਦੀ ਬਹੁਤ ਨਾਈਸ ਸੀਗੇ ਬਹੁਤ ਪਿਆਰ ਕਰਦੇ ਸੀ ਸਾਡਾ ਧਿਆਨ ਰੱਖਦੇ ਸੀ ਬਹੁਤ ਛੋਟੇ ਸੀ ਦਿਲਸ਼ਾਦ ਤੋਂ ਹਾਂਜੀ ਬਹੁਤ ਛੋਟੇ ਸੀਗੇ ਘੁਮਾ ਘੁਮੁ ਕੇ ਵੀ ਲੈ ਕੇ ਆਉਂਦੇ ਸੀਗੇ ਉਹਨਾਂ ਦੀ ਵਾਈਫ ਵੀ ਬਹੁਤ ਪਿਆਰ ਕਰਦੀ ਸੀ ਇਹਨਾਂ ਨੂੰ ਪਰਿਵਾਰ ਤੋਂ ਬਾਈ ਜੀ ਅੱਜ ਕੱਲ੍ਹ ਫਿਰ ਕੀ ਗੱਲਾਂ ਸੁਣਦੇ ਹੋ ਜਦੋਂ ਤੁਸੀਂ ਵੱਡੇ ਹੋਏ ਹੋਵੋਗੇ ਮਾਤਾ ਜੀ ਨੇ ਤੁਹਾਡੇ ਮਦਰ ਨੇ ਹੈ ਨਾ ਹੋਰ ਰਿਸ਼ਤੇਦਾਰਾਂ ਨੇ ਗੱਲਾਂ ਕਰਦੇ ਹੋਣਗੇ ਸੰਦੀਪ ਸਾਹਿਬ ਦੀਆਂ ਅਖਤਰ ਸਾਹਿਬ ਦੀਆਂ ਦਿਲਸ਼ਾਦ ਅਖਤਰ ਸਾਹਿਬ ਦੀਆਂ ਕੀ ਗੱਲਾਂ ਕਰਦੇ ਹੁੰਦੇ ਸੀ ਕੋਈ ਗੱਲ ਯਾਦ ਹੋਵੇ ਇੱਦਾਂ ਦਾ ਕੋਈ ਚੇਤਾ ਹੋਵੇ ਕਿਸੇ ਗੱਲ ਦਾ ਗੱਲਾਂ ਤਾਂ ਜੀ ਬਹੁਤ ਕਰਦੇ ਆ ਪਰਿਵਾਰ ਵਾਲੇ ਹਾਂਜੀ ਦਿਲਸ਼ਾਦ ਅਖਤਰ ਸਾਹਿਬ ਦੀਆਂ ਬਹੁਤ ਕਰਦੇ ਆ ਅਖਤਰ ਸਾਹਿਬ ਦੀਆਂ ਬਹੁਤ ਬਚਪਨ ਦੀਆਂ ਗੱਲਾਂ ਇਹਨਾਂ ਦੀਆਂ ਹਾਂਜੀ ਹਾਂਜੀ ਵੀ ਉਦੋਂ ਅੰਗਰੇਜ਼ ਵਾਲੀ ਜੀ ਦੀ ਵੀ ਇੰਟਰਵਿਊ ਆਈ ਸੀ ਉਹਦੇ ਵਿੱਚ ਦੱਸਿਆ ਸੀ ਅੰਗਰੇਜ਼ ਵਾਲੀ ਜੀ ਨੇ ਵੀ ਦਿਲਸ਼ਾਦ ਅਖਤਰ ਸਾਹਿਬ ਲੁਹਾਰੇ ਬਾਬਾ ਦਾਮੂ ਸ਼ਾਹ ਦੀ ਜਗ੍ਹਾ ਉੱਥੇ ਪ੍ਰੋਗਰਾਮ 'ਤੇ ਗਏ ਨਾਲ ਉਹਨਾਂ ਦੇ ਗੱਡੀ 'ਚ ਅਖਤਰ ਸਾਹਿਬ ਬੈਠੇ ਸੀ ਹਾਂਜੀ ਉਹ ਅੰਗਰੇਜ਼ ਵਾਲੀ ਸਾਹਿਬ ਨੇ ਇਹ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਵੀ ਉਸ ਸਮੇਂ ਅਸੀਂ ਇਹੋ ਜਿਹੇ ਕਲਾਕਾਰਾਂ ਨੂੰ ਤਰਸਦੇ ਹੁੰਦੇ ਸੀ ਵੇਖਣ ਨੂੰ ਸੋ ਕਹਿੰਦੇ ਵੀ ਜੰਨਤ ਨਸ਼ੀਨ ਕਰੇ ਸੰਦੀਪ ਅਖਤਰ ਸਾਹਿਬ ਨੂੰ ਉਹ ਵੀ ਦੁਨੀਆਂ 'ਤੇ ਨਹੀਂ ਰਹੇ ਅਤੇ ਬਚਪਨ ਦੀਆਂ ਗੱਲਾਂ ਜਿੱਦਾਂ ਭੂਆ ਜੀ ਵਰਗੇ ਦੱਸਦੇ ਆ ਵੀ ਪਾਪਾ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ 15 ਸਾਲ ਛੋਟੇ ਸੀ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਪਿੱਦੀ ਹਾਂਜੀ ਹਾਂਜੀ ਦਿਲਸ਼ਾਦ ਅਖਤਰ ਸਾਹਿਬ ਤੋਂ ਉਹਨਾਂ ਨੂੰ ਪਿੱਦੀ ਕਹਿੰਦੇ ਹੁੰਦੇ ਸੀ ਹਾਂਜੀ ਅਤੇ ਬੜਾ ਪਿਆਰ ਸੀ ਆਪਸ ਦੇ ਵਿੱਚ ਹਾਂਜੀ ਅੱਛਾ ਬਾਹਰਲੇ ਟੂਰਾਂ ਦੀ ਗੱਲ ਕਰੀਏ ਬਾਈ ਦੇ ਕਿੰਨੇ ਕੁ ਕਿਹੜੀਆਂ ਕਿਹੜੀਆਂ ਕੰਟਰੀ ਦੇ ਵਿੱਚ ਟੂਰ ਲੱਗੇ ਆ ਬਾਹਰ ਦੇ ਗਏ ਉਹਨਾਂ ਨੂੰ ਤਾਂ ਇੰਨਾ ਟਾਈਮ ਹੀ ਨਹੀਂ ਦਿੱਤਾ ਪਰਮਾਤਮਾ ਨੇ ਜਦ ਹਿੱਟ ਹੋਏ ਤਾਂ ਉਸੇ ਵੇਲੇ ਉਹਨਾਂ ਨੂੰ ਇਹ ਬ੍ਰੇਨ ਦੀ ਪ੍ਰੋਬਲਮ ਹੋ ਗਈ ਤਾਂ 8 ਸਾਲ ਤਾਂ ਫਿਰ ਉਹ ਬੜੀ ਮੁਸ਼ਕਲ ਨਾਲ ਹੀ ਸਾਡੇ ਨਿਕਲੇ ਆ ਕੋਈ ਟੂਰ ਨਹੀਂ ਉਹਨਾਂ ਦਾ ਲੱਗਿਆ 8 ਸਾਲ ਜਿਹੜੇ ਸੀ ਉਹ ਉਸ ਪ੍ਰੋਬਲਮ ਦੇ ਵਿੱਚ ਹੀ ਨਿਕਲੇ ਹਨ ਜੀ ਇੱਕ ਸਫ਼ਰ ਉਹਨਾਂ ਦਾ ਗਾਇਕੀ ਦਾ ਮੈਂ ਚਾਹੂੰਗਾ ਐਗਜੈਕਟ ਕਿੰਨਾ ਰਿਹਾ ਤੁਹਾਡੀ ਕਿਉਂਕਿ ਤੁਹਾਡੀ ਮੈਰਿਜ ਤੋਂ ਬਾਅਦ ਉਹਨਾਂ ਦੀ ਪਹਿਲੀ ਟੇਪ ਆਈ ਸੀ ਅਤੇ 2011 ਦੇ ਵਿੱਚ ਉਹ ਜਿਹੜੇ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਆ ਕਿੰਨੇ ਸਾਲ ਦਾ ਸਫ਼ਰ ਰਿਹਾ ਉਹਨਾਂ ਦਾ ਗਾਇਕੀ ਦਾ ਨਹੀਂ ਜਦੋਂ ਉਹਨਾਂ ਦਾ 2001 ਦੇ ਵਿੱਚ ਉਹਨਾਂ ਦਾ ਆਪਰੇਟ ਹੋਇਆ ਸੀ ਬ੍ਰੇਨ ਦਾ ਤਾਂ ਉਸ ਤੋਂ ਬਾਅਦ ਫਿਰ ਠੀਕ ਹੋ ਗਏ ਸੀ 8 ਸਾਲ ਬਿਲਕੁਲ ਠੀਕ ਰਹੇ ਹੈ ਇਹ ਚੰਨ ਨਾਲ ਸੋਹਣੀ 2-3 ਟੇਪਾਂ 3-4 ਟੇਪਾਂ ਉਹਨਾਂ ਦੀਆਂ ਆਈਆਂ ਹਿੱਟ ਹੋਈਆਂ ਉਹ ਬਾਅਦ ਦੀਆਂ ਗੱਲਾਂ ਹੀ ਹੈ ਉਸ ਤੋਂ ਪਹਿਲਾਂ ਤਾਂ ਸਿਰਫ ਉਡਜਾ ਮੋਰਨੀ ਆਈ ਸੀ ਉਸ ਤੋਂ ਬਾਅਦ ਬਿਮਾਰ ਹੋ ਗਏ ਸੀਗੇ ਮੇਰੀ ਬੇਟੀ ਹੋਈ ਸੀ ਜਦ ਉਹਨਾਂ ਦੀ ਟੇਪ ਆਈ ਸੀਗੀ ਤਾਂ ਇਹ ਬੇਟਾ ਜਦ ਹੋਇਆ ਉਦੋਂ ਬਿਮਾਰ ਹੋ ਗਏ ਸੀਗੇ 3 ਮਹੀਨਿਆਂ ਦਾ ਸੀ ਇਹ ਤਾਂ ਦੂਸਰੀਆਂ ਟੇਪਾਂ ਉਹਨਾਂ ਦੀਆਂ ਬਾਅਦ 'ਚੋਂ ਹੀ ਆਈਆਂ ਅੱਛਾ ਬਾਈ ਜੀ ਆਉਣ ਵਾਲੇ ਟਾਈਮ ਦੇ ਫਿਊਚਰ ਦੇ ਪਲਾਨ ਜਿੱਦਾਂ ਤੁਹਾਡੇ ਮਦਰ ਜੀ ਨੇ ਦੱਸਿਆ ਤਾਂ ਕੀ ਪਲਾਨ ਨੇ ਤੁਸੀਂ ਕੀ ਸੋਚਦੇ ਹੋ ਜਦੋਂ ਇਕੱਲੇ ਬਹਿੰਦੇ ਹੋਵੋਗੇ ਰਿਆਜ਼ ਕਰਦੇ ਹੋਵੋਗੇ ਹਾਰਮੋਨੀਅਮ 'ਤੇ ਉਂਗਲਾਂ ਚੱਲਦੀਆਂ ਹੋਣਗੀਆਂ ਤਾਂ ਦਿਲ ਜਿਹੜਾ ਆ ਦਿਮਾਗ ਜਿਹੜਾ ਆ ਉਸ ਕਲਾਕਾਰੀ ਲਾਈਨ ਦੇ ਵਿੱਚ ਚੱਲ ਜਾਂਦਾ ਹੋਣਾ ਆ ਉਸ ਦੇ ਵਿੱਚ ਘੁੰਮ ਜਾਂਦਾ ਹੋਣਾ ਕੀ ਸੋਚ ਆ ਬੜਾ ਸਕੂਨ ਮਿਲਦਾ ਰਿਆਜ਼ ਕਰਦਾ ਨੂੰ ਹਾਂਜੀ ਜਦੋਂ ਬੰਦ ਕਮਰੇ ਦੇ ਵਿੱਚ ਬੈਠੀ ਦਾ ਅਤੇ ਅਖਤਰ ਸਾਹਿਬ ਦੀ ਫੋਟੋ ਨੂੰ ਵੇਖ ਕੇ ਜਾਂ ਦਿਲਸ਼ਾਦ ਅਖਤਰ ਸਾਹਿਬ ਨੂੰ ਯਾਦ ਕਰਕੇ ਸੋ ਉਸ ਤਰ੍ਹਾਂ ਦੇ ਉਹ ਜ਼ਿਆਦਾ ਮਿਹਨਤ ਕਰੀ ਦੀ ਆ ਉਹਨਾਂ ਨਾਲ ਦੇਖ ਕੇ
ਵੀ ਉਹਨਾਂ ਤੋਂ ਘੱਟ ਨਾ ਰਹੀਏ, ਥੋੜ੍ਹਾ ਉੱਤੇ ਦੀ ਕਰੀਏ ਤਾਂ ਲੋਕ ਸਾਨੂੰ ਜ਼ਿਆਦਾ ਪਿਆਰ ਕਰਨੇ। ਹਾਂਜੀ, ਸੋ ਉਹੀ ਬਸ ਇੱਕ ਖਿਆਲ ਹੈ ਵੀ ਅਸੀਂ ਇਸ ਇੰਨੇ ਵਧੀਆ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਹਾਂ, ਉਹ ਇੱਕ ਕਾਰਨ ਆ ਸਾਡੀ ਜ਼ਿਆਦਾ ਮਿਹਨਤ ਕਰਨ ਦਾ, ਕਿਉਂਕਿ ਉਹ ਫਿਰ ਮਿਹਨਤ ਲਈ ਉਕਸਾਉਂਦੀ ਹੈ ਚੀਜ਼ ਵੀ ਜੇ ਅਸੀਂ ਕੱਚੇ ਰਹਿ ਜਾਵਾਂਗੇ ਤਾਂ ਲੋਕ ਸਾਨੂੰ ਮਤਲਬ ਕੀ ਕਹਿਣਗੇ ਵੀ ਇਹ ਯਾਰ ਇੱਦਾਂ ਦਾ ਅਖਤਰ ਦਾ ਬੇਟਾ। ਸੋ ਇੱਕ ਚੀਜ਼ ਆ ਉਹ ਬੰਦੇ ਨੂੰ ਮਜਬੂਰ ਕਰਨ ਦੀ ਮਿਹਨਤ। ਜਨੂੰਨ ਹੈ, ਐਕਚੁਅਲੀ ਇਹਨੂੰ ਇੱਕ ਜਨੂੰਨ ਹੈ ਕਿ ਮੈਂ ਹਾਂ ਆਪਣੇ ਪਾਪਾ ਦਾ ਨਾਮ ਰੋਸ਼ਨ ਕਰਨਾ। ਹਾਂਜੀ ਜੀ ਜੀ। ਅੱਛਾ ਬਾਈ ਜੀ, ਫਿਰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਫੈਸ਼ਨਲੀ ਤੌਰ 'ਤੇ ਕਦੋਂ ਉਤਰ ਰਹੇ ਹੋ, ਕੁਛ ਸੋਚਿਆ ਆ? ਸੋਚਿਆ ਤਾਂ ਹੈ ਜੀ, ਗੱਲਬਾਤ ਵੀ ਹੋਈ ਸੀ ਇੱਕ ਦੋ ਬੰਦਿਆਂ ਨਾਲ, ਉਦੋਂ ਬਾਅਦ ਥੋੜ੍ਹਾ ਜਿਹਾ ਫਿਰ ਅਗਲਾ ਪੈਸੇ ਵਾਲੇ ਪਾਸੋਂ ਕਹਿੰਦਾ ਉਸ ਪਾਸੋਂ, ਫਿਰ ਅਖਤਰ ਸਾਹਿਬ ਤੋਂ ਬਾਅਦ ਥੋੜ੍ਹੀ ਫਾਈਨੈਂਸ਼ਲੀ ਪ੍ਰੋਬਲਮ ਜ਼ਿਆਦਾ ਹੋ ਗਈ, ਕਿਉਂਕਿ ਉਹਨਾਂ ਦੇ ਘੱਟੋ ਘੱਟ 45-46 ਲੱਖ ਰੁਪਇਆ ਲੱਗਿਆ, 3 ਓਪਰੇਟ ਹੋਏ ਉਹਨਾਂ ਦੇ, ਉਹਨਾਂ ਦੇ 15 ਦਿਨ ਬਾਅਦ 1.25 ਲੱਖ ਦਾ ਟੀਕਾ ਲੱਗਦਾ ਸੀ। ਹਾਂਜੀ, ਸੋ ਬੜਾ ਕੁਛ ਸੀ ਮਾਲਕ ਦਾ ਦਿੱਤਾ, ਪਰ ਚਲੋ ਆਪਾਂ ਨਹੀਂ ਅਫਸੋਸ ਕਰਦੇ ਕਿਉਂਕਿ ਉਹਨਾਂ ਨੇ ਕਮਾਇਆ ਸੀ, ਠੀਕ ਹੈ ਜੀ, ਅਤੇ ਪਰ ਉਹਨਾਂ ਦੀ ਜਾਨ ਬਚਣੀ ਜ਼ਰੂਰੀ ਸੀ ਸਾਡੇ ਲਈ ਬਿਲਕੁਲ, ਜੇ ਉਹ ਵੀ ਬਚ ਜਾਂਦੇ ਸਾਨੂੰ ਪੈਸੇ ਦਾ ਦੁੱਖ ਨਹੀਂ ਸੀ, ਪਰ ਇੱਕ ਵਾਰੀ ਤਾਂ ਜਮਾਂ ਸੈੱਟ ਤਾਂ ਰੱਬ ਨੇ। ਅੱਛਾ, ਹੁਣ ਤੱਕ ਸਾਥੀ ਕੋਈ ਤਾਂ ਇੱਦਾਂ ਦੇ ਹੋਣੇ ਆ ਸੱਜਣ ਜਿਨ੍ਹਾਂ ਨੇ ਸਾਥ ਦਿੱਤਾ ਹੋਵੇ, ਕਿਹੜੇ ਕਿਹੜੇ? ਮੈਂ ਚਾਹੂੰਗਾ ਇੰਟਰਵਿਊ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਿਓ, ਜਿਹੜੇ ਸੱਜਣ ਤੁਹਾਡੇ ਪਰਿਵਾਰ ਦੇ ਨਾਲ ਉਦੋਂ ਦੇ ਜੁੜਿਆ, ਹੁਣ ਵੀ ਤੁਹਾਡੇ ਪਰਿਵਾਰ ਦੇ ਨਾਲ ਆ। ਦੇਖੋ ਜੀ, ਸਾਨੂੰ ਕਿਸੇ ਦੀ ਕੋਈ ਸਪੋਰਟ ਨਹੀਂ, ਅਸੀਂ ਕਿਸੇ ਦਾ ਕੋਈ ਨਾਮ ਨਹੀਂ ਲਵਾਂਗੇ ਜੀ। ਫੈਮਿਲੀ ਹੈ, ਮੇਰੀ ਫੈਮਿਲੀ ਹੈ, ਮੇਰੀ ਪੇਕਿਆਂ ਦੀ ਫੈਮਿਲੀ ਹੈ, ਉਹਨਾਂ ਨੇ ਸਾਡਾ ਸਾਥ ਦਿੱਤਾ, ਮੇਰੇ ਮਦਰ ਸਾਡੇ ਨਾਲ ਹੀ ਰਹਿੰਦੇ ਆ, ਅੱਜ ਨਹੀਂ ਹੈਗੇ, ਅੱਜ ਮੇਰੀ ਭਤੀਜੀ ਦੀ ਮੈਰਿਜ ਆ, ਉੱਥੇ ਗਏ ਹੋਏ ਨੇ, ਤਾਂ ਸਾਨੂੰ ਕਿਸੇ ਦੀ ਕੋਈ ਸਪੋਰਟ ਨਹੀਂ, ਜਿਵੇਂ ਫਰੈਂਡ ਸਰਕਲ ਕਹਿ ਲਓ ਜਾਂ ਰਿਲੇਸ਼ਨ ਕਹਿ ਲਓ, ਕਿਸੇ ਨਾਲ ਕਿਸੇ ਨੇ ਕੋਈ ਸਪੋਰਟ ਨਹੀਂ ਸਾਨੂੰ ਕੀਤੀ ਜੀ ਜੀ। ਅੱਛਾ, ਸੰਦੀਪ ਅਖਤਰ ਸਾਹਿਬ ਨੂੰ ਪਿਆਰ ਕਰਨ ਵਾਲੇ ਸਰੋਤੇ ਇਹ ਮੁਲਾਕਾਤ ਜ਼ਰੂਰ ਦੇਖਣਗੇ, ਕਲਾਕਾਰ ਜਗਤ ਵੀ ਜ਼ਰੂਰ ਦੇਖੂਗਾ, ਹੈ ਨਾ ਜੀ। ਮੈਂ ਚਾਹੂੰਗਾ ਸਪੋਰਟ ਕਰਨਾ, ਬਿਲਕੁਲ ਜੀ, ਮੈਂ ਉਹ ਚਾਹੂੰਗਾ ਵੀ ਕੋਈ ਰੋਲ ਬੱਚੇ ਨੂੰ ਸਪੋਰਟ ਕਰਨ, ਉਹਨਾਂ ਦਾ ਨਾਂ ਰੋਸ਼ਨ ਹੋਵੇ ਵੀ ਉਹਨਾਂ ਦਾ ਬੱਚਾ ਅੱਜ ਸਿਤਾਰਾ ਬਣੇ ਚਮਕਦਾ। ਤੁਸੀਂ ਭੈਣ ਭਰਾ ਰਲ ਕੇ ਇਹਨਾਂ ਦੀ ਹੈਲਪ ਕਰੋ, ਬੱਚੇ ਨੂੰ ਆਪਾਂ ਉੱਪਰਲੇ ਲੈਵਲ ਤੱਕ ਲੈ ਕੇ ਜਾਈਏ, ਰੋਸ ਕੋਈ ਨਹੀਂ ਹੈ, ਸਾਰੇ ਮਿਲ ਕੇ ਨਾ ਬੱਚੇ ਨੂੰ ਸਟੈਂਡ ਕਰੀਏ, ਰੋਸ ਕਿਸੇ ਤੇ ਕੁਛ ਨਹੀਂ ਹੈ, ਰੋਸ ਕਾਦਾ ਜੀ, ਬਸ ਉਹ ਸੰਦੀਪ ਅਖਤਰ ਦੇ ਫੈਨ ਆ ਜਿਹੜੇ, ਉਹ ਬੱਚੇ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦੇਣ, ਫਿਰ ਬੱਚਾ ਸਿਤਾਰਾ ਬਣੇ। ਇਹੀ ਇੱਕ ਮੇਰੀ ਬੇਨਤੀ ਹੈ ਕਿ ਮੇਰੇ ਬੇਟੇ ਨੂੰ ਸਪੋਰਟ ਕਰੋ, ਜੋ ਪਿਆਰ ਤੁਸੀਂ ਅਖਤਰ ਸਾਹਿਬ ਨੂੰ ਦਿੰਦੇ ਸੀ ਉਸੇ ਤਰ੍ਹਾਂ ਮੇਰੇ ਬੱਚੇ ਨੂੰ ਪਿਆਰ ਦਿਓ, ਇਹਨੂੰ ਕਾਮਯਾਬ ਬਣਾਓ ਬਸ। ਜੀ ਜੀ ਜੀ। ਅੱਛਾ ਬਾਜੀ, ਕੋਈ ਨਾਰਾਜ਼ਗੀ ਹੋਵੇ, ਕੋਈ ਅਫਸੋਸ ਹੋਵੇ, ਕਿਉਂਕਿ ਨਾਰਾਜ਼ਗੀ ਹੋਣੀ ਜ਼ਾਹਿਰ ਆ, ਹੈ ਨਾ ਜੀ, ਕਿਸੇ ਪ੍ਰਤੀ ਕੋਈ ਨਾਰਾਜ਼ਗੀ ਹੋਣੀ ਜ਼ਾਹਿਰ ਆ, ਕਿਉਂਕਿ ਇੰਨੇ ਵੱਡੇ ਕਲਾਕਾਰ ਦੇ ਪੁੱਤਰ ਹੋਣ ਦੇ ਬਾਵਜੂਦ ਤੁਸੀਂ ਅੱਜ ਇੱਕ ਜਿੱਦਾਂ ਕਹਿ ਦਈਏ ਇੱਕ ਘਰ ਦੇ ਵਿੱਚ ਬੈਠੇ ਹੋ, ਹੈ ਨਾ ਜੀ, ਜੀ ਨੋਰਮਲ ਲਾਈਫ ਜਿਉ ਰਹੇ ਹੋ, ਜਿੱਦਾਂ ਗੱਲ ਕਰੀਏ, ਹੈ ਨਾ, ਕੋਈ ਨਾਰਾਜ਼ਗੀ ਹੋਵੇ ਤਾਂ ਮੈਂ ਚਾਹੂੰਗਾ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਿਓ, ਕਿਉਂਕਿ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ, ਤੁਹਾਡੀਆਂ ਗੱਲਾਂ ਜਿਹੜੀਆਂ ਸੰਦੀਪ ਅਖਤਰ ਸਾਹਿਬ ਦੇ ਪਰਿਵਾਰ ਨੂੰ ਉਹਨਾਂ ਦੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਅਸੀਂ ਤੁਹਾਡੇ ਕੋਲ ਆਏ ਹਾਂ, ਮੈਂ ਚਾਹੂੰਗਾ ਕੋਈ ਗੱਲ ਨਾ ਰਹਿ ਜੇ, ਜ਼ਰੂਰ ਕੋਈ ਨਾਰਾਜ਼ਗੀ ਆ ਤਾਂ ਜ਼ਰੂਰ ਸਾਂਝੀ ਕਰਿਓ। ਨਹੀਂ, ਨਾਰਾਜ਼ਗੀ ਤਾਂ ਕਿਸੇ ਤੱਕ ਨਹੀਂ ਜੀ ਆਪਾਂ ਨੂੰ, ਪਰ ਇੱਕ ਰੋਸ ਤਾਂ ਹੈ ਵੀ ਅਖਤਰ ਸਾਹਿਬ ਦਾ, ਹੁਣ ਤੁਸੀਂ ਦੇਖ ਲਓ ਵੀ ਸੋਸ਼ਲ ਮੀਡੀਆ ਬਹੁਤ ਤੇਜ਼ੀ ਫੜ ਰਿਹਾ, ਠੀਕ ਹੈ ਜੀ, ਉਹਨਾਂ ਦੇ ਮਿਲੀਅਨਸ ਵਿਊ ਹੈ ਬਿਲਕੁਲ ਜੀ ਗੀਤਾਂ ਨੂੰ ਬਹੁਤ ਜ਼ਿਆਦਾ, ਅਤੇ ਪਰ
ਕਿਸੇ ਕੰਪਨੀ ਨੇ ਸਾਨੂੰ ਕੋਈ ਹੈਲਪ ਨਹੀਂ ਕੀਤੀ ਜੀ, ਠੀਕ ਹੈ ਜੀ। ਸੋ ਕਿਸੇ ਪ੍ਰੋਡਿਊਸਰ ਨੇ ਨਹੀਂ ਸਾਡੀ ਕੋਈ ਹੈਲਪ ਕੀਤੀ, ਜੋ ਉਹਨਾਂ ਦੀ ਖੱਟੀ ਖਾਂਦੇ ਸੀ ਮੇਰੇ ਹਿਸਾਬ ਨਾਲ ਤਾਂ, ਠੀਕ ਹੈ ਜੀ। ਅਤੇ ਪਰ ਰੋਸ ਉਹਨਾਂ ਤੱਕ ਇਹੀ ਹੈ ਜੀ, ਥੋੜ੍ਹਾ ਜਿਹਾ ਵੀ ਬੰਦੇ ਨੂੰ ਸਾਰ ਲੈਣੀ ਚਾਹੀਦੀ ਹੈ ਬੰਦੇ ਦੀ, ਕਿਉਂਕਿ ਜਦੋਂ ਆਪਾਂ ਕਿਸੇ ਦਾ ਖਾਧਾ ਹੋਵੇ ਫਿਰ ਥੋੜ੍ਹਾ ਜਿਹਾ ਫਰਜ਼ ਨਿਭਾਉਣਾ ਚਾਹੀਦਾ ਹੈ ਨਾ। ਨਾਮ ਨਹੀਂ ਲੈਣਾ ਚਾਹੁੰਦਾ ਮੈਂ ਕਿਸੇ ਦਾ ਵੀ, ਹਾਂਜੀ, ਬੱਚੇ ਨੂੰ ਸਪੋਰਟ ਕਰਨ, ਅਸੀਂ ਕੋਈ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗਦੇ ਕਿਸੇ ਤੋਂ, ਬੱਚੇ ਨੂੰ ਸਪੋਰਟ ਕਰਨ, ਬਸ ਇਹੀ ਕਹਿਣਾ ਚਾਹਾਂਗੇ। ਮਤਲਬ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਕੋਈ ਨਹੀਂ ਹੈ ਸਾਨੂੰ ਕਿਸੇ ਜੀ ਜੀ। ਅੱਛਾ ਬਾਈ ਜੀ, ਸੰਦੀਪ ਅਖਤਰ ਸਾਹਿਬ ਦੇ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਜਿੱਦਾਂ ਇਹਨਾਂ ਨੇ ਸੁਨੇਹਾ ਦਿੱਤਾ ਤੁਹਾਡੇ ਮਦਰ ਨੇ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ, ਗੁਜ਼ਾਰਿਸ਼ ਜਾਂ ਰਿਕੁਐਸਟ, ਬੇਨਤੀ ਕੀ ਕਰਨੀ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਬਸ ਇੱਦਾਂ ਹੀ ਉਹ ਪਿਆਰ ਕਰਦੇ ਰਹਿਣ, ਸਾਡੇ ਸਾਰੇ ਪਰਿਵਾਰ ਨੂੰ ਪਿਆਰ ਕਰਦੇ ਰਹਿਣ, ਕਿਉਂਕਿ ਉਹਨਾਂ ਦੇ ਸਿਰ 'ਤੇ ਹੀ ਮੈਂ ਹਾਂ, ਠੀਕ ਹੈ ਜੀ। ਜੇ ਮੈਨੂੰ ਇੱਕ ਵਾਰੀ ਮੌਕਾ ਦੇਣ ਸਰੋਤੇ ਤਾਂ ਮੈਂ ਉਹਨਾਂ ਦੇ ਮੌਕੇ ਖਰਾ ਉਤਰੂੰਗਾ ਉਹਨਾਂ ਦੀਆਂ ਉਮੀਦਾਂ 'ਤੇ, ਅਤੇ ਗੱਲ ਇੱਕ ਮੌਕੇ ਦੀ ਹੈ। ਇਹੀ ਗੁਜ਼ਾਰਿਸ਼ ਆ ਵੀ ਮੈਨੂੰ ਇੱਕ ਮੌਕਾ ਮਿਲਣਾ ਚਾਹੀਦਾ, ਜੇ ਮੈਂ ਖਰਾ ਨਹੀਂ ਉਤਰਦਾ ਤਾਂ ਉਹ ਫਿਰ ਉਹਦਾ ਫੈਸਲਾ ਸਰੋਤੇ ਆਪ ਕਰ ਲੈਣ, ਅਤੇ ਪਰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਉਸ ਮੁਕਾਮ 'ਤੇ ਹਾਸਲ ਕਰੀਏ ਜਿਹੜੇ 'ਤੇ ਅਖਤਰ ਸਾਹਿਬ ਸੀ। ਅਤੇ ਇਹੀ ਗੁਜ਼ਾਰਿਸ਼ ਆ ਵੀ ਕੋਈ ਸਪੋਰਟ ਕਰਨ, ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਜੀ ਜੀ। ਅੱਛਾ ਬਾਈ ਜੀ, ਮੈਂ ਚਾਹੂੰਗਾ ਜਾਂਦੇ ਜਾਂਦੇ ਹੁਣ ਆਪਣੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਜਿਹੜਾ ਸਰੋਤਿਆਂ ਦੀ ਝੋਲੀ ਦੇ ਵਿੱਚ ਜ਼ਰੂਰ ਪਾਇਓ ਜੀ। ਕਿੱਦਾਂ ਦਾ ਜਿਹੜਾ ਤੁਹਾਨੂੰ ਪਸੰਦ ਆ ਬਾਈ ਜੀ, ਜੋ ਮਰਜ਼ੀ। ਚਲੋ ਤੁਹਾਨੂੰ ਇੱਕ ਸੁਣਾ ਦਿੰਦਾ ਜੀ ਮੈਂ, ਮਾਣਕ ਸਾਹਿਬ ਦਾ ਜੀ, ਬਿਲਕੁਲ ਜੀ ਹਾਂਜੀ। ਇਹ ਜਿਹੜਾ ਸਾਡੇ ਦਾਦਾ ਜੀ ਬਾਊ ਖਾਂ ਸ਼ਕੀਨ ਸਾਹਿਬ, ਕੀੜੇ ਖਾਂ ਸ਼ਕੀਨ ਜੀ ਸਾਡੇ ਚਾਚਾ ਦਾਦਾ ਜੀ, ਇਹ ਸਾਡਾ ਗਾਇਕੀ ਦਾ ਘਰਾਣਾ ਜੀ, ਉੱਚਾ ਗਾਉਣ ਦੇ ਲਈ ਬਿਲਕੁਲ ਬਹੁਤ ਫੇਮਸ ਹੈ ਬਿਲਕੁਲ। ਸੋ ਮਾਣਕ ਸਾਹਿਬ ਬਹੁਤ ਉੱਚਾ ਗਾਉਂਦੇ ਸੀ, ਉਹਨਾਂ ਦੇ ਹੀ ਸਕੇਲ 'ਤੇ, ਆਪਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਪਰ ਕੋਸ਼ਿਸ਼ ਕਰੂੰਗਾ। ਜੱਟ ਮਿਰਜ਼ਾ ਸੁਣਾਉਂਦਾ ਜੀ। ਸਕੇਲ ਦੀ ਗੱਲ ਕੀਤੀ, ਜਦੋਂ ਤੁਸੀਂ ਉਹ ਸਕੇਲ 'ਤੇ ਪਹੁੰਚੇ ਮੇਰੇ ਬਾਈ ਜੀ ਖੁਦ ਲੁਕੰਡੇ ਖੜ੍ਹੇ ਹੋ ਗਏ। ਮੈਂ ਚਾਹੂੰਗਾ ਇਹ ਬੁਲੰਦ ਆਵਾਜ਼ ਜਿਹੜੀ ਆ ਸੰਦੀਪ ਅਖਤਰ ਸਾਹਿਬ ਦੀ ਤਰ੍ਹਾਂ ਇੱਦਾਂ ਹੀ ਬੁਲੰਦ ਰਹੇ ਬਾਈ ਜੀ। ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਹੁਣ ਅਸੀਂ ਸੰਦੀਪ ਅਖਤਰ ਸਾਹਿਬ ਦੇ ਬੇਟੇ ਨਾਲ ਮੁਲਾਕਾਤ ਕੀਤੀ ਆ। ਮੈਂ ਦੁਆ ਕਰੂੰਗਾ, ਸਾਡੀ ਟੀਮ ਦੁਆ ਕਰੂੰ, ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸੁਪਰ ਸਟਾਰ ਸ਼ੈਰੀ ਅਖਤਰ ਦੇ ਨਾਲ ਮੁਲਾਕਾਤ ਜ਼ਰੂਰ ਕਰੂੰਗਾ, ਪਰ ਟਾਈਮ ਜ਼ਰੂਰ ਦੇ ਦਿਓ ਬਾਈ ਜੀ ਮੈਨੂੰ। ਨਹੀਂ ਨਹੀਂ, ਤੁਹਾਡਾ ਆਪਦਾ ਘਰ ਹੈ, ਜਦੋਂ ਮਰਜ਼ੀ ਆਓ। ਤੁਹਾਡਾ ਊਂ ਵੀ ਜੇ ਮਿਲਣ ਨੂੰ ਜੀ ਕਰਦਾ ਜਦੋਂ ਮਰਜ਼ੀ ਆਓ। ਸਾਡਾ ਅਖਤਰ ਸਾਹਿਬ ਦਾ ਵੀ ਇਹੀ ਸੁਭਾਅ ਸੀ, ਜੇ ਉਹਨਾਂ ਦੇ ਕਿਸੇ ਫਰੈਂਡ ਨੇ ਆਉਣਾ
ਜਾਂ ਕੋਈ ਫਰੈਂਡ ਸਰਕਲ ਦੇ ਵਿੱਚੋਂ ਆਉਣਾ, ਕਦੇ ਕਿਸੇ ਨੂੰ ਇਹ ਗੱਲ ਨਹੀਂ ਕਹੀ ਸੀ ਵੀ ਮੈਂ ਬਾਹਰ ਹਾਂ। ਜੇ ਕਿਤੇ ਬਾਹਰ ਵੀ ਹੋਣਾ ਉਹਨਾਂ ਨੇ ਕਿਹਾ ਜਾਂਦਾ ਤੁਸੀਂ ਆ ਜਾਓ, ਮੈਂ ਪਹੁੰਚ ਜਾਂਦਾ 15-20 ਮਿੰਟਾਂ 'ਚ। ਉਹ ਬੜੇ ਮਿਲਣਸਾਰ ਸੀਗੇ, ਸੁਭਾਅ ਉਹਨਾਂ ਦਾ ਬੜਾ ਨਿੱਘਾ ਸੀ। ਹਾਂਜੀ, ਅਤੇ ਕੋਈ ਦਿੱਕਤ ਨਹੀਂ ਕੋਈ ਇਹੋ ਜਿਹੀ, ਤੁਸੀਂ ਜਦੋਂ ਮਰਜ਼ੀ ਆਓ, ਤੁਹਾਡਾ ਆਪਦਾ ਘਰ। ਬਾਈ ਜੀ, ਮੈਂ ਬਹੁਤ 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 ਧੰਨਵਾਦ ਕਰਦਾ, ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ। ਦੁਆ ਮੈਂ ਵੀ ਆਪਣੇ ਜ਼ਰੀਏ ਜਿਹੜਾ ਸਾਡੇ ਮਾਧਿਅਮ ਦੇ ਜ਼ਰੀਏ ਸਰੋਤਿਆਂ ਨੂੰ ਕਰੂੰਗਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਹਾਡੀ ਸਾਰੀ ਟੀਮ ਦਾ ਧੰਨਵਾਦ, RMB ਟੈਲੀਵਿਜ਼ਨ ਦਾ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ, ਬਾਈ ਜੀ ਦੋਨਾਂ ਪਲਾਂ ਨੂੰ ਅੱਜ ਆਪਾਂ ਯਾਦ ਕੀਤਾ। ਬਾਈ ਦੀ ਅੱਖ ਵੀ ਨਮ ਹੋਈ, ਅੱਖ ਮੇਰੇ ਵੀ ਅੰਦਰੋਂ ਅੰਦਰ ਨਹੀਂ, ਥੋੜ੍ਹੀ ਥੋੜ੍ਹੀ ਅੱਖ, ਕਿਉਂਕਿ ਬਾਈ ਜੀ ਨੂੰ ਯਾਦ ਕਰਕੇ ਅੱਖ ਨਮ ਹੋਈ ਆ। ਉਹਨਾਂ ਨੂੰ ਦੇਖਣ ਵਾਲੇ, ਸੁਣਨ ਵਾਲੇ, ਪਿਆਰ ਕਰਨ ਵਾਲੇ ਸਰੋਤਿਆਂ ਦੀ ਅੱਖ ਨੇ ਵੀ ਜ਼ਰੂਰ ਨਾਮ ਹੋਣਾ, ਪਰ ਉਹਨਾਂ ਦੇ ਬੱਚੇ ਦਾ, ਸਾਡੀ ਟੀਮ ਦੀ ਵੀ ਇਹ ਦੁਆ ਸੀ ਕਿ ਉਹਨਾਂ ਦੇ ਬੱਚੇ ਦਾ ਅੱਗੇ ਆਉਣਾ ਲਾਜ਼ਮੀ ਆ। ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ। ਸੋ ਦੋਸਤੋ, ਇਹ ਸੀ ਅਖਤਰ ਖਾਨਦਾਨ ਦਾ ਚਿਰਾਗ, ਬਾਈ ਸੰਦੀਪ ਅਖਤਰ ਹੋਰਾਂ ਦੀ ਫੈਮਿਲੀ। ਅਕਸਰ ਜਦੋਂ ਅਸੀਂ ਕਲਾਕਾਰਾਂ ਦੀ ਮੌਤ ਤੋਂ ਬਾਅਦ, ਕਲਾਕਾਰਾਂ ਦੀ ਡੈਥ ਤੋਂ ਬਾਅਦ ਉਹਨਾਂ ਦੀ ਫੈਮਿਲੀ ਕੋਲ ਜਾ ਕੇ ਪੁੱਛਦੇ ਹਾਂ, ਤਾਂ ਇਹੀ ਗੱਲ ਸਾਹਮਣੇ ਆਉਂਦੀ ਆ, ਕੋਈ ਸਾਡੀ ਸਾਰ ਨਹੀਂ ਲੈਂਦਾ, ਪੁੱਛ ਗਿੱਛ ਨਹੀਂ ਕਰਦਾ। ਮੈਂ ਇੱਥੇ ਸਰੋਤਿਆਂ ਨੂੰ ਵੀ ਸਵਾਲ ਕਰਨਾ ਚਾਹੂੰਗਾ ਕਿ ਸਾਡਾ ਪਿਆਰ ਉਦੋਂ ਤੱਕ ਹੀ ਸੀਮਿਤ ਹੁੰਦਾ ਜਦੋਂ ਤੱਕ ਕੋਈ ਕਲਾਕਾਰ ਕੈਮਰੇ ਦੇ ਅੱਗੇ ਆ, ਜਦੋਂ ਤੱਕ ਕਲਾਕਾਰ ਪਰਦੇ 'ਤੇ ਆ, ਤਾਂ ਫਿਰ ਉਹਨਾਂ ਦੀ ਫੈਮਿਲੀ ਨਾਲ ਵੀ ਸਾਡਾ ਪਿਆਰ ਕਿਉਂ ਮੁੱਕ ਜਾਂਦਾ ਆ? ਕਲਾਕਾਰ ਜਗਤ ਨੂੰ, ਪੇਸ਼ਕਾਰਾਂ ਨੂੰ, ਸੰਗੀਤਕਾਰਾਂ ਨੂੰ ਮੇਰੀ ਦੁਆ, ਸੋਰੀ, ਮੇਰੀ ਰਿਕੁਐਸਟ ਆ, ਮੇਰੀ ਬੇਨਤੀ ਆ ਕਿ ਜੇਕਰ ਆਪਾਂ ਕਲਾਕਾਰਾਂ ਨੂੰ ਉਦੋਂ ਤੱਕ ਪਸੰਦ ਕਰਦੇ ਹਾਂ, ਉਦੋਂ ਤੱਕ ਕਲਾਕਾਰਾਂ ਦਾ ਦੇ ਨਾਲ ਆ, ਕਲਾਕਾਰਾਂ ਦਾ ਸਾਥ ਦਿੰਦੇ ਹਾਂ, ਜਦੋਂ ਤੱਕ ਉਹ ਸਾਡੇ ਨਾਲ ਜੁੜੇ ਹੋਏ ਆ, ਤਾਂ ਉਸ ਤੋਂ ਬਾਅਦ ਵੀ ਉਹਨਾਂ ਦੀ ਫੈਮਿਲੀ ਦੀ ਸਾਰ ਲੈਣੀ ਚਾਹੀਦੀ ਹੈ। ਅਕਸਰ ਫੈਮਿਲੀਆਂ ਦਾ ਇਹੀ ਹੁੰਦਾ ਕਿ ਸਾਨੂੰ ਫਾਈਨੈਂਸ਼ੀਅਲ ਤੌਰ 'ਤੇ ਸਪੋਰਟ ਨਹੀਂ ਚਾਹੀਦੀ, ਸਾਨੂੰ ਮੈਂਟਲੀ ਤੌਰ 'ਤੇ ਸਪੋਰਟ ਚਾਹੀਦੀ ਆ, ਕਿਸੇ ਨੇ ਆ ਕੇ ਉਹ ਵੀ ਨਹੀਂ ਪੁੱਛਿਆ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ। ਖਾਸ ਮੁਲਾਕਾਤ ਦੇ ਵਿੱਚ ਬੜੀ ਜਲਦੀ ਮਿਲਾਂਗੇ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਜਸ ਗਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।